ਸਤਿ ਸ਼੍ਰੀ ਅਕਾਲ ਵਿਜ਼ਨ ਪੰਜਾਬ ਟੀਵੀ ਦੇਖ ਰਹੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਹੈ ਪ੍ਰੋਗਰਾਮ ਚਾਲੇ ਜੀ ਉਲਟ ਪੁਲਟ ਅਨੁਕੜਾ ਹਾਜ਼ਰ ਹੋ ਚੁੱਕੀ ਹੈ ਤੇ ਰਵੀ ਸੰਗਰਾ ਜੀ ਵੀ ਹੱਥ ਮਲਦੇ ਹੋਏ ਆ ਗਏ ਨੇ ਸਤਿ ਸ਼੍ਰੀ ਅਕਾਲ ਰਵੀ ਜੀ ਕਿਹਾ ਜੀ ਰਵੀ ਸੰਗਰਾ ਹੂਰ ਕੜਾ ਸਾਹਿਬ ਰਵੀ ਸੰਗਰਾ ਹੂਰ ਜੀ ਵੀ ਆ ਗਿਆ ਤੇ ਮੈਂ ਕੀ ਕਿਹਾ ਸੀ ਦੁਬਾਰਾ ਬੋਲੋ ਮੈਂ ਕੀ ਕਿਹਾ ਸੀ ਸੰਗਰਾ ਜੀ ਰਵੀ ਸੰਗਰਾ ਦੇਖੋ ਮੇਰੇ ਪਿੰਡ ਦਾ ਨਾਮ ਹੈ ਉਹ ਕਹਿੰਦੇ ਹੁੰਦੇ ਆ ਕਿ ਜਦੋਂ ਪਿੰਡ ਦਾ ਨਾਮ ਨਾਲ ਲੱਗਾ ਹੋਵੇ ਨਾ ਤੇ ਐਂ ਲੱਗਦਾ ਹੁੰਦਾ ਵੀ ਪਿੰਡ ਨਾਲ ਨਾਲ ਤੁਰਿਆ ਫਿਰ ਤੁਰਿਆ ਜਾਂਦਾ ਅੱਛਾ ਤੇ ਬੰਦੇ ਨੂੰ ਫੀਲਿੰਗ ਇੱਕ ਵਕਰੀ ਆਉਂਦੀ ਆ ਤਾਂ ਮੇਰੀਆਂ ਤੁਸੀਂ ਫੀਲਿੰਗਾਂ ਮਾਰੀ ਜਾਂਦੇ ਹੋ ਦੇਖੋ ਹੋ ਜਾਂਦੇ ਚਲ ਕਦੀ ਕਦੀ ਐਡਾ ਗੁੱਸਾ ਕਰਨ ਵਾਲੀ ਕਿਹੜੀ ਨਹੀਂ ਗੁੱਸਾ ਨਹੀਂ ਮੈਂ ਤਾਂ ਇਹ ਕਹਿ ਰਿਹਾ ਕਿ ਅੱਗੇ ਤੋਂ ਭਾਈ ਗਲਤੀ ਨਾ ਹੋਵੇ ਇਹ ਮੇਰੇ ਪਿੰਡ ਦੇ ਨਾਲ ਮੇਰੇ ਨਾਲ ਨਾਲ ਭਾਵੇਂ ਕੱਲਾ ਰਵੀ ਦੀ ਥਾਂ ਤੇ ਕੱਲਾ ਰਵ ਬੋਲਦੇ ਹੋ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਨਹੀਂ ਮੈਨੂੰ ਕੋਈ ਸ਼ੌਂਕ ਨਹੀਂ ਪਰ ਸਾਰੇ ਸੰਗਰਾਹ ਹੁਰਾਲੇ ਤੋਂ ਮਾਫ਼ੀ ਕਿ ਮੈਂ ਸੰਗਰਾਹ ਦਾ ਨਾਮ ਗਲਤ ਬੋਲਤਾ ਚਲੋ ਹੋਰ ਸੁਣਾਓ ਘੜਾ ਸਾਹਿਬ ਬਹੁਤ ਵਧੀਆ ਮੌਸਮ ਦਾ ਸੀ ਸੀਤਾ ਕੈਮ ਨੇ ਅੱਛਾ ਮੈਂ ਮੌਸਮ ਬਾਰੇ ਗੱਲ ਕਰਨੀ ਸੀ ਮੌਸਮ ਇਹ ਕਹਿੰਦਾ ਕਿ ਭਾਈ ਆਉਣ ਵਾਲੇ ਕੱਲ ਯਾਨੀ ਬੁੱਧਵਾਰ ਨੂੰ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਸਕਦਾ ਇਹ ਭਵਿੱਖਬਾਣੀ ਹੈ ਜਿਹੜੀ ਇਹ ਭਾਈ ਮੌਸਮ ਵਿਭਾਗ ਵਾਲਿਆਂ ਨੇ ਕੀਤੀ ਹੈ ਇਹ ਉਹਨਾਂ ਦੇ ਕਹਿਣ ਦੇ ਮੁਤਾਬਕ ਹੀ ਮੈਂ ਬੋਲਦਾ ਨਹੀਂ ਇਹ ਪਹਿਲਾਂ ਹੀ ਨਾ ਮਤਲਬ ਅੱਜ ਕੱਲ ਮਤਲਬ ਸਫਾਈਆਂ ਜੀ ਕਿਉਂ ਦਿਨ ਲੱਗਦੀ ਨਹੀਂ ਨਹੀਂ ਕੋੜਾ ਸਾਹਿਬ ਪਤਾ ਕੀਆ ਇਥੇ ਪਤਾ ਕੋਈ ਨਹੀਂ ਨੀਲਾ ਗੁੱਸਾ ਕਰ ਦੋ ਕਰ ਜਾਂਦਾ ਅੱਛਾ ਨੀਲਾ ਕਹਵੇ ਤੂੰ ਤਾਂ ਕਿਹਾ ਸੀ ਮੀਂਹ ਪਊਗਾ ਆ ਚੱਕ ਫੁੱਲ ਗਰਮੀ ਕਰਦੀ ਕਰਕੇ ਦਿਖਾ ਸੱਚ ਇਸ ਕਰਕੇ ਆਉਣ ਵਾਲੇ ਕੱਲ ਕਹਿੰਦੇ ਜੀ ਮੀਂਹ ਪਊਗਾ ਉਸ ਤੋਂ ਬਾਅਦ ਦੇ ਜਿਹੜੇ 3 ਦਿਨ ਨੇ ਉਹ ਠੰਡਾ ਮੌਸਮ ਰਹੂਗਾ ਕਦੇ ਕਦੇ بارش ਹੋ ਵੀ ਸਕਦੀ ਹੈ ਥੋੜੀ ਬਹੁਤੀ ਤੇ ਨਹੀਂ ਫਿਰ ਤੋਪਰ ਹੋਊਗੀ ਤੇ ਉਦੋਂ ਅਗਲਾ ਮੌਸਮ ਹੈ ਜਿਹੜਾ ਆ 7 ਦਿਨਾਂ ਦੇ ਵਿੱਚ ਇਹ ਭਾਈ ਲਾਸਟ ਦੇ ਹਫਤੇ ਦੇ ਲਾਸਟ ਤੇ ਜਾ ਕੇ ਗਰਮੀ ਦਾ ਤੁਹਾਨੂੰ ਫੁੱਲ ਸਾਹਮਣਾ ਕਰਨਾ ਪੈਣਾ ਇਸ ਕਰਕੇ ਰਲਿਆ ਮਿਲਿਆ ਆਹ ਹਫਤਾ ਹੈ ਤੇ ਇਸ ਤਰੀਕੇ ਨਾਲ ਹੀ ਤੁਸੀਂ ਗੁਜ਼ਾਰਨਾ ਇਹਨੂੰ ਨਹੀਂ ਬਹੁਤ ਵਧੀਆ ਗੱਲ ਹੈ ਜੇ ਠੰਡਾ ਠੰਡਾ ਮੌਸਮ ਰਹੂਗਾ ਤਾਂ ਲੋਕ ਕਿਹਦੇ ਭਾਲਦੇ ਹੁੰਦੇ ਵੇ ਇਹ ਜੇ ਮੌਸਮ ਹੋਵੇ ਹੂੰ ਤੇ ਅੱਜ ਵੈਸੇ ਅਸੀਂ ਜਿਹੜੀ ਗੱਲਬਾਤ ਕਰਨੀ ਹੈ ਚਲੋ ਗੱਲਬਾਤ ਬਹੁਤ ਖਾਸ ਹੈ ਇੱਕ ਤਾਂ ਪੋਲਿਟਿਕਸ ਦੇ ਆਸ-ਪਾਸ ਹੀ ਘੁੰਮਦੀ ਰਹੂਗੀ ਕਿਉਂਕਿ ਬੜੇ ਹੀ ਅਹਿਮ ਮੁੱਦੇ ਮਸਲੇ ਜਿਹੜੇ ਇਸ ਵੇਲੇ ਸਾਡੇ ਪੰਜਾਬ ਦੀ ਸਿਆਸਤ ਦੇ ਵਿੱਚ ਗਰਮਾਏ ਹੋਏ ਨੇ ਤੇ ਉਹਨਾਂ ਬਾਰੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਪਰ ਸਭ ਤੋਂ ਪਹਿਲਾਂ ਮੈਂ ਸੁਣਿਆ ਵੀ ਅਕਾਲੀਆਂ ਨੇ ਕੁਝ ਕਹਿੰਦੇ ਵੀ ਪ੍ਰਦਰਸ਼ਨ-ਪ੍ਰਦਰਸ਼ਨ ਕਰਤਾ ਉਹਨਾਂ ਨੇ ਆਪਣੀ ਭਾਈਵਾਲ ਪਾਰਟੀ ਬਈ ਅਕਾਲੀ ਦਲ ਸਰਮੌਰ ਪਾਰਟੀ ਆ ਪੰਜਾਬ ਦੀ ਘੋੜਾ ਸਾਬ ਕੀ ਗੱਲ ਕਰਦੇ ਹੋ ਉਹ ਹਮੇਸ਼ਾ ਹੀ ਧਰਨੇ ਲਾਉਂਦੇ ਆ ਤੁਹਾਨੂੰ ਯਾਦ ਨਹੀਂ ਇੱਕ ਵਾਰੀ ਸੁਖਬੀਰ ਸਿੰਘ ਬਾਦਲ ਹੋਰੀਂ ਉਹ ਤਰਨਤਾਰਨ ਵਾਲੇ ਪੁਲ ਤੇ ਜਾ ਕੇ ਉੱਥੇ ਜਾ ਕੇ ਬਹਿ ਗਈ ਸੀ ਪੁਲ ਬੰਦ ਕੀਤਾ ਸੀ ਤੇ ਰਾਤ ਨੂੰ ਉੱਥੇ ਹੀ ਸੁੱਤੇ ਰਹੇ ਸੀ ਤੇ ਸਵੇਰੇ ਜਦੋਂ ਫੋਟੋ ਨਸ਼ਰ ਹੋਈਆਂ ਸੀਗੀਆਂ ਉਹ ਐਉਂ ਸੀਗਾ ਵੀ ਪਤਾ ਨਹੀਂ ਬਾਦਲ ਸਾਹਿਬ ਨੇ ਕਿਵੇਂ ਉਹ ਰਾਤ guzari ਹੋਣੀ ਆ ਸੜਕ ਤੇ ਪਰ ਉਹ ਐਵੇਂ ਕਰ ਵੀ ਲੈਂਦੇ ਹੁੰਦੇ ਆ ਉਹ ਕਹਿੰਦੇ ਜੀ ਸਾਡੇ ਪਿਤਾ ਜੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਬਹੁਤ ਧਰਨੇ ਲਾਏ ਆ بڑے ਮੋਰਚੇ ਲਾਏ ਆ ਅਸੀਂ ਉਸੇ ਹੀ ਜਿਹੜਾ ਰਾਹ ਤੇ ਚੱਲਣਾ ਔਰ ਅਸੀਂ ਵੀ ਧਰਨੇ ਲਾਵਾਂਗੇ ਕਿਉਂਕਿ ਰੂਲਿੰਗ ਪਾਰਟੀ ਦਾ ਵਿਰੋਧ ਕਰਨਾ ਵਿਰੋਧੀ ਪਾਰਟੀ ਦਾ ਪਹਿਲਾ ਫਰਜ਼ ਤੇ ਧਰਮ ਹੁੰਦਾ ਹੈ ਤਾਂ ਇਸੇ ਚੀਜ਼ ਨੂੰ ਲੈ ਕੇ ਉਹ ਪ੍ਰਦਰਸ਼ਨ ਕਰ ਰਹੇ ਆ ਪਰ ਇਸ ਵਾਰੀ ਪ੍ਰਦਰਸ਼ਨ ਦੇ ਵਿੱਚ ਥੋੜਾ ਜਿਹਾ ਵੱਖਰਾ ਨਜ਼ਰ ਆਉਂਦਾ ਅੱਛਾ ਉਹ ਕਿਵੇਂ ਵੱਖਰਾ ਇਹ ਨਜ਼ਰ ਆਉਂਦਾ ਹੈ ਕਿ ਜਿੱਥੇ ਦੋ ਮਾਮਲੇ ਨੇ ਜਿਹੜੇ ਉਹ ਪੰਜਾਬ ਦੀ ਸਰਕਾਰ ਦੇ ਖਿਲਾਫ ਨੇ ਉੱਥੇ ਇੱਕ ਮਾਮਲਾ ਆਪਣੇ ਭਾਈਵਾਲਾਂ ਦੇ ਖਿਲਾਫ ਵੀ ਹੈ ਕਹਿੰਦੇ ਜੀ ਟੈਕਸ ਬਹੁਤ ਲਾ ਰਹੀ ਹੈ ਕੇਂਦਰ ਸਰਕਾਰ ਜਿਵੇਂ ਡੀਜ਼ਲ ਪੈਟਰੋਲ ਦਾ ਲਗਾਤਾਰ ਰੌਲਾ ਪੈਂਦਾ ਕਿ ਭਾਈ ਤੁਸੀਂ ਤਾਂ ਇਹਨਾਂ ਦੀਆਂ ਕੀਮਤਾਂ ਬਹੁਤ ਵਧਾ ਦਿੱਤੀਆਂ ਆਹ ਤਾਂ ਤੁਸੀਂ ਇਤਿਹਾਸ ਹੀ ਰਚਤਾ ਉਹਨਾਂ ਨੇ ਕਿਹਾ ਕਿ ਭਾਈ ਜੇ ਅਸੀਂ ਇਹਦੇ ਵਿੱਚ ਹੁਣ ਇਨਵੋਲਵ ਨਾ ਹੋਏ ਤਾਂ ਆਉਣ ਵਾਲੇ ਸਮੇਂ 'ਚ ਜਵਾਬ ਕਿਵੇਂ ਦੇਵਾਂਗੇ ਲੋਕਾਂ ਨੂੰ ਵੀ ਅਸੀਂ ਇਹਨਾਂ ਕੀਮਤਾਂ ਦੇ ਖਿਲਾਫ ਬੋਲੇ ਕੁਝ ਨਹੀਂ ਇਸ ਕਰਕੇ ਨਹੀਂ ਬੋਲੇ ਕਿ ਸਾਡੇ ਭਾਈਵਾਲ ਸੀਗੇ ਇੱਕ ਮੁੱਦਾ ਇਹ ਵੀ ਰੱਖਿਆ ਦੂਜਾ ਉਹਨਾਂ ਨੇ ਇਹ ਰੱਖਿਆ ਕਿ ਭਾਈ ਜਿਹੜਾ ਕੇਂਦਰ ਦੇ ਵੱਲੋਂ 5-5 ਕਿਲੋ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀਗੀ ਨਵੰਬਰ ਤੱਕ ਚੱਲਣ ਵਾਲਾ ਰਾਸ਼ਨ ਘਰ-ਘਰ ਦੇ ਵਿੱਚ ਇੱਕ ਪਰਿਵਾਰ ਦੇ ਜੀ ਨੂੰ ਮਿਲਣਾ ਉਹ ਕਹਿੰਦੇ ਜੀ ਪ੍ਰੋਪਰ ਤਰੀਕੇ ਨਾਲ ਨਹੀਂ ਪਹੁੰਚਦਾ ਪਾਰਸ਼ੀਅਲਟੀ ਹੁੰਦੀ ਆ ਜੇ ਪਹੁੰਚਦਾ ਤਾਂ ਸਰਕਾਰ ਰਾਹੀ ਖਤਮ ਕਰ ਜਾਂਦੀ ਆ ਕਿਸੇ ਪਾਸੇ ਗਬਨ ਹੋ ਜਾਂਦਾ ਇਸ ਕਰਕੇ ਅਸੀਂ ਇਹਦੇ ਖਿਲਾਫ ਵੀ ਆ ਦੂਜਾ ਉਹ ਕਹਿੰਦੇ ਜੀ ਅਕਾਲੀਆਂ ਤੇ ਬਹੁਤ ਥਾਵਾਂ ਤੇ ਨਜਾਇਜ਼ ਪਰਚੇ ਹੁੰਦੇ ਆ ਅਕਾਲੀ ਜਿਹੜੇ ਵਰਕਰ ਨੇ ਉਹਨਾਂ ਨੂੰ ਜਾਣ ਬੁੱਝ ਕੇ ਪਰੇਸ਼ਾਨ ਕੀਤਾ ਜਾਂਦਾ ਇੱਕ ਸਾਡਾ ਮੁੱਦਾ ਇਹ ਹੈ ਆ ਤਿੰਨਾ ਮੁੱਦਿਆਂ ਤੇ ਅਸੀਂ ਪ੍ਰਦਰਸ਼ਨ ਕਰ ਰਹੇ ਆ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਪਿੰਡ ਦੇ ਵਿੱਚ ਹਰ ਇੱਕ ਗਲੀ ਮੋਹੱਲੇ ਦੇ ਵਿੱਚ ਅਕਾਲੀ ਵਰਕਰ ਅੱਜ ਤੱਕ ਤੀਆਂ ਫੜ ਕੇ ਤੇ ਅਕਾਲੀ ਦਲ ਵਾਲੇ ਝੰਡੇ ਫੜ ਕੇ ਪ੍ਰਦਰਸ਼ਨ ਕਰਦੇ ਨਜ਼ਰ ਆ ਰਹੇ ਆ ਤੇ ਨਾਲ ਦੀ ਨਾਲ ਹੁਣ ਜਿਹੜੀ ਸਭ ਤੋਂ ਵੱਡੀ ਸੋਚਣ ਵਾਲੀ ਤੇ ਚਿੰਤਾ ਦੀ ਗੱਲ ਇਹ ਹੈ ਵੀ ਭਾਈ ਜਦੋਂ ਭਾਈਵਲਾਂ ਦੇ ਖਿਲਾਫ ਮੋਰਚਾ ਖੋਲਤਾ ਹੁਣ ਸੱਤਾਧਿਰ ਦੇ ਜਿਹੜੀ ਹੈਗੀ ਆ ਪਾਰਟੀ ਕਾਂਗਰਸ ਉਹ ਤਾਂ ਰੂਲਿੰਗ ਪਾਰਟੀ ਆ ਉਹਨਾਂ ਦੇ ਵਿਰੋਧੀ ਆ ਪ੍ਰਦਰਸ਼ਨ ਕਰਨਾ ਜਾਇਜ਼ ਵੀ ਬਣਦਾ ਮੰਗਾਂ ਪੂਰੀਆਂ ਹੋਣ ਨਾ ਹੋਣ ਇਹ ਇੱਕ ਸੈਪਰੇਟ ਇਸ਼ੂ ਹੁੰਦਾ ਪਰ ਜਦੋਂ ਕੇਂਦਰ ਦੇ ਖਿਲਾਫ ਮੋਰਚਾ ਖੋਲ ਹੀ ਦਿੱਤਾ ਤੇ ਉਥੇ ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਜਦੋਂ ਇੱਕ ਵਾਰੀ ਬਲੈਕ ਲਿਸਟ ਜਿਹੜੀ ਸਿੱਖ ਜਿਹੜੇ ਲੋਕ ਬਾਹਰ ਰਹਿੰਦੇ ਨੇ ਉਹਨਾਂ ਦੇ ਕਾਲੀ ਸੂਚੀ ਸੀ ਉਹ ਖਤਮ ਕੀਤੀ ਸੀਗੀ ਕੇਂਦਰ ਸਰਕਾਰ ਨੇ ਉਦੋਂ ਕੁਝ ਟਾਈਮ ਪਹਿਲਾਂ ਪ੍ਰਕਾਸ਼ ਸਿੰਘ ਆ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਇੱਕ ਲੈਟਰ ਲਿਖੀ ਸੀਗੀ ਆਪਣੀ ਪਾਰਟੀ ਦੇ ਵੱਲੋਂ ਪੀਐਮ ਨੂੰ ਕਿ ਭਾਈ ਆ ਜਿਹੜੀ ਸੂਚੀ ਹੈ ਇਹਨੂੰ ਖਤਮ ਕਰ ਦਿਓ ਤੇ ਕੁਝ ਦਿਨਾਂ ਬਾਅਦ ਯਾਨੀ ਕੁਝ ਸਮੇਂ ਬਾਅਦ ਉਹ ਸੂਚੀ ਖਤਮ ਵੀ ਹੋ ਗਈ ਸੀਗੀ ਤੇ ਅਕਾਲੀ ਦਲ ਦਾ ਬੜਾ ਮੱਥੇ ਤੇ ਸੇਰਾ ਬਣਿਆ ਸੀ ਕੇਂਦਰ ਨੇ ਕਿ ਭਾਈ ਸਾਨੂੰ ਤਾਂ ਅਕਾਲੀ ਦਲ ਵਾਲਿਆਂ ਨੇ ਕਿਹਾ ਸੀਗਾ ਅਸੀਂ ਖਤਮ ਕਰਤੀ ਅਸੀਂ ਮੰਨਦੇ ਬਹੁਤ ਅਕਾਲੀ ਦਲ ਦੀ ਨਹੀਂ ਮਤਲਬ ਇਹਦਾ ਮਤਲਬ ਹੁਣ ਤੁਸੀਂ ਇਹ ਕਹਿਣਾ ਚਾਹ ਰਹੇ ਹੋ ਵੀ ਹੁਣ ਇਹਨਾਂ ਨੇ ਜਿਹੜੇ ਝੰਡੇ ਝੁੰਡੇ ਚੱਕ ਲਏ ਜਿਹੜੀ ਇਹ ਪ੍ਰਦਰਸ਼ਨ ਕਰਨ ਲੱਗੇ ਨੇ ਤੇ ਇਹਦਾ ਹੁਣ ਬਾਕੀ ਲੋਕ ਵੀ ਰੋਲਾ ਪਾਈ ਜਾਂਦੇ ਨੇ ਉਹਨਾਂ ਦੇ ਕਹਿ ਦੇ ਤਾਂ ਕੋਈ ਅਸਰ ਨਹੀਂ ਹੋਇਆ ਬਾਕੀ ਲੋਕ ਵੀ ਕਹਿੰਦੇ ਨੇ ਭਾਈ ਡੀਜ਼ਲ ਪੈਟਰੋਲ ਦੀ ਕੀਮਤ ਤਾਂ ਬਹੁਤ ਨੇ ਉਹਨਾਂ ਨੂੰ ਘਟਾਓ ਲੁਧਿਆਣਾ ਦੇ ਵਿੱਚ ਪ੍ਰਦਰਸ਼ਨ ਵੀ ਕਈ ਤਰੀਕੇ ਦੇ ਵੱਖ-ਵੱਖ ਤਰੀਕੇ ਦੇ ਨਾਲ ਪ੍ਰਦਰਸ਼ਨ ਹੋ ਰਿਹਾ ਸੀ ਕ੍ਰੀਏਟਿਵ ਆਈਡੀਆਜ਼ ਲੈ ਕੇ ਆ ਰਹੇ ਸਿਸਰਕਾਰ ਦੀ ਅੱਖਾਂ ਖੋਲ੍ਹਣੀਆਂ ਨੇ ਹੁਣ ਤੁਸੀਂ ਚਾਹੁੰਦੇ ਹੋ ਵੀ ਕੇ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ ਵੀ ਕੇਂਦਰ ਜਿਹੜੀ ਆ ਉਹ ਕਾਲੀਆਂ ਦੇ ਸਿਰ ਤੇ ਸਹਰਾ ਸਜਾਉਣਾ ਚਾਹੁੰਦੀ ਹੈ ਵੀ ਭਾਈ ਡੀਜ਼ਲ ਰੇਟ ਘਟ ਗਏ ਬਿਲਕੁਲ ਸਹੀ ਪਕੜੇ ਹੈ ਕੌੜਾ ਸਾਹਿਬ ਇਹ ਬਿਲਕੁਲ ਇਹੀ ਚੀਜ਼ ਹੈ ਇਹ ਇਵੇਂ ਹੋਊਗਾ ਕਹਿੰਦੇ ਜੀ 10% ਟੈਕਸ ਕੇਂਦਰ ਘਟ ਕਰ ਦੇਵੇ ਇਹ ਮੰਗ ਦੇ ਵਿੱਚ ਰੱਖਿਆ ਉਹਨਾਂ ਨੇ 10% ਕੇਂਦਰ ਸਹੀ ਤਰੀਕੇ ਨਾਲ ਇਹ ਮੰਨ ਲਈਏ ਵੀ ਘੱਟੋ ਘੱਟ 10% ਟੈਕਸ ਤਾਂ ਖਤਮ ਹੋਇਆ ਹੀ ਲੋ ਹੂੰ ਪੰਜਾਬ ਸਰਕਾਰ ਕਰੇ ਨਾ ਕਰੇ ਉਹ ਪਹਿਲਾਂ ਹੀ ਮੈਂ ਦੱਸਿਆ ਕਿ ਸੈਪਰੇਟ ਇਸ਼ੂ ਆ ਉਹ ਮੰਨੇ ਨਾ ਮੰਨੇ ਪਰ ਕੇਂਦਰ ਕਿਉਂਕਿ ਭਾਈਵਾਲ ਇਹਨਾਂ ਨੇ ਅੱਜ ਪ੍ਰਦਰਸ਼ਨ ਕਰਤੇ ਆਉਂਦੇ ਕੁਝ ਦਿਨਾਂ ਤੱਕ ਉਮੀਦ ਕਰੋ ਕਿ ਕੇਂਦਰ ਸਰਕਾਰ ਹੀ ਐਲਾਨ ਕਰੂਗੀ ਕਿ ਭਾਈ 10% ਟੈਕਸ ਅਸੀਂ ਘਟਾਤਾ ਤੇ ਨਾਲ ਦੀ ਨਾਲ ਵੱਡੀਆਂ ਵੱਡੀਆਂ ਖਬਰਾਂ ਤੇ ਵੱਡੇ ਵੱਡੇ ਬਿਆਨ ਆਉਣਗੇ ਕਿ ਭਾਈ ਪ੍ਰਧਾਨ ਸਾਹਿਬ ਦੇ ਵੱਲੋਂ ਆ ਫੈਸਲਾ ਕੀਤਾ ਗਿਆ ਸੀ ਅਕਾਲੀ ਦਲ ਦੇ ਇਸ ਵੱਡੇ ਪ੍ਰਦਰਸ਼ਨ ਨੂੰ ਦੇਖਦੇ ਹੋਏ ਆ ਜਿਹੜਾ ਕੇਂਦਰ ਸਰਕਾਰ ਨੇ ਸਾਡੀ ਆ ਮੰਗ ਮੰਨ ਲਈ ਇਹ ਬਾਕੀ ਪਾਰਟੀਆਂ ਦਾ ਕਰਦੀਆਂ ਹੀ ਕੁਛ ਨਹੀਂ ਆ ਆਮਦਮੀ ਪਾਰਟੀ ਵਾਲੇ ਉਹੀ ਰੌਲਾ ਪਾਉਂਦੇ ਰਹਿੰਦੇ ਨੇ ਕਦੇ ਕਿਤੇ ਜਾ ਕੇ ਧਰਨਾ ਲਾ ਲੈਂਦੇ ਕਦੇ ਕਿਤੇ ਅਜ ਤੱਕ ਮੰਗ ਪੂਰੀ ਹੋਈ ਇਹ ਜੀਆਂ ਗੱਲਾਂ ਆਉਣਗੀਆਂ ਤਾਂ ਇਹ ਗੱਲ ਹੁਣ ਮੈਨੂੰ ਲੱਗਦਾ ਕਿ ਥੋੜਾ ਜਿਹਾ ਸਕੂਨ ਪੰਜਾਬੀਆਂ ਨੂੰ ਲੈ ਲੈਣਾ ਚਾਹੀਦਾ ਕਿ ਜੇ ਅਕਾਲੀ ਦਲ ਇਹ ਗੱਲ ਕਹਿੰਦੀ ਆ ਕੇ 10% ਘਟ ਕਰੋ ਤੇ ਇਹਦਾ ਮਤਲਬ ਹੋਇਆ ਹੀ ਪਿਆ ਬੇਫਿਕਰ ਹੋ ਜਾਓ ਅੱਛਾ ਮਤਲਬ ਡਿਸਾਈਡ ਉਹਨਾਂ ਨੇ ਪਹਿਲਾਂ ਹੀ ਕੀਤਾ ਪਿਆ ਵੀ ਭਾਈ 10% ਅਸੀਂ ਘਟਾਉਣੇ ਘਟਾਉਣਾ ਪਰ ਉਹਦਾ ਸਹਰਾ ਹੋਣਾ ਅਸੀਂ ਅਕਾਲੀਆਂ ਨੂੰ ਦਈਏ ਇਸ ਕਰਕੇ ਪੂਰੀ ਹੁਣ ਇਹ ਪਲੈਨਿੰਗ ਚੱਲ ਰਹੀ ਹੈ ਚਲੋ ਸਾਨੂੰ ਅਸੀਂ ਕੀ ਲੈਣਾ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਚਾਹੀਏ ਅਸੀਂ ਪਹਿਲਾਂ ਵੀ ਤੇਲ 50 ਦਾ ਹੀ ਪਾਉਂਦੇ ਸੀ ਅੱਜ ਵੀ 50 ਦਾ ਹੀ ਨਹੀਂ 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 ਸਾਨੂੰ ਕੋਈ ਫਰਕ ਨਹੀਂ ਪੈਂਦਾ ਚਾਹੇ ਅਕਾਲੀਆਂ ਕਰਕੇ ਘਟ ਹੋਵੇ ਚਾਹੇ ਕਾਂਗਰਸ ਕਰਕੇ ਘਟ ਹੋਵੇ ਚਾਹੇ ਆਮ ਆਦਮੀ ਪਾਰਟੀ ਕਰਕੇ ਘਟ ਹੋਵੇ ਸਾਨੂੰ ਘਟ ਨਾਲ ਮਤਲਬ ਹੈਗਾ ਉਦੋਂ ਫਿਰ ਜਦੋਂ ਅਸੀਂ ਵੋਟਾਂ ਪਾਉਣ ਜਾਣੀਆਂ ਨੇ ਉਦੋਂ ਦੇਖਾਂਗੇ ਅਸੀਂ ਕਿਹਨੂੰ ਵੋਟ ਪਾਉਣੀ ਹੈ ਜਿਹੜਾ ਨਾ ਮੇਰੇ ਉਹ ਚਾਚਾ ਜੀ ਦੇ ਪਿੱਛੇ ਉਦੋਂ ਸਾਡੇ ਚਾਚਾ ਜੀ ਨੇ ਕਿਹਾ ਸੀਗਾ ਉਦੋਂ ਉਹਨਾਂ ਨੂੰ ਅਸੀਂ ਇੱਕ ਕੰਮ ਕਿਹਾ ਸੀ ਉਹਨਾਂ ਨੇ ਸਾਡਾ ਕਰਤਾ ਸੀ ਹੁਣ ਤਾਂ ਚਾਚਾ ਜੀ ਜਿੱਥੇ ਮਰਜ਼ੀ ਕਹਿ ਦੇਣ ਵੋਟ ਤਾਂ ਅਸੀਂ ਉੱਥੇ ਹੀ ਪਾਵਾਂਗੇ ਐਉਂ ਲੋਕਾਂ ਦਾ ਹਾਲ ਤਾਂ ਭਾਈ ਇਹੋ ਹੀ ਰਹਿਣਾ ਇਹ ਸਿਰਫ ਕੁਝ ਕੁ ਚੁਣਿੰਦਾ ਲੋਕ ਹੁੰਦੇ ਆ ਜੇ ਤੁਸੀਂ 100 ਦੇ ਵਿੱਚ ਇੱਕ ਰੇਸ਼ਿਓ ਕੱਢ ਕੇ ਦੇਖੋ ਪ੍ਰਤੀਸ਼ਤ ਕੱਢ ਕੇ ਦੇਖੋ ਤਾਂ ਭਾਈ ਰੇਸ਼ਿਓ ਤੁਹਾਡੀ 30 ਕੀ ਆਉਣੀ ਆ 30 ਲੋਕ ਜਰੂਰ ਰੌਲਾ ਪਾਉਂਦੇ ਹੋਣਗੇ ਤੇ 70 ਵਾਲੇ ਕਹਿੰਦੇ ਰਹੇ ਨੇ ਆਪਾਂ ਕੀ ਲੈਣਾ ਹੈ ਆਪਾਂ ਨੂੰ ਕੀ ਮਤਲਬ ਹੈ ਹੈਗੇ ਤਾਂ ਹੈ ਉਹ ਫਲਾਣੀ ਜਥੇਬੰਦੀ ਹੈਗੀ ਆ ਸਮਾਜ ਸੇਵੀ ਆ ਫਲਾਣੀ ਪਾਰਟੀ ਹੈਗੀ ਆ ਜ਼ਿੰਮੇਵਾਰੀਆਂ ਤਾਂ ਉਹਨਾਂ ਦੀਆਂ ਬਣਦੀਆਂ ਸਾਡੀ ਕਾਦੀ ਜ਼ਿੰਮੇਵਾਰੀ ਆ ਆਪਾਂ ਆਪਦਾ ਤੇਲ ਪਵਾਇਆ ਘਰ ਪਹੁੰਚਿਆ ਕੋਈ ਚੱਕਰ ਜੱਗਰਾਹੌਰ ਸਾਹਿਬ ਤੁਸੀਂ ਗੱਲਾਂ ਘੱਟ ਮਾਰਿਆ ਕਰੋ ਦੇਖੋ ਸਾਨੂੰ ਸਿਰਫ ਮਤਲਬ ਹੈਗਾ ਟੈਕਸ ਘਟਣ ਤੇ ਜਦੋਂ ਹੋ ਗਿਆ ਸਾਨੂੰ ਕੁਝ ਨਹੀਂ ਲੈਣਾ ਦੇਣਾ ਖਬਰਾਂ ਚ ਜੋ ਮਰਜ਼ੀ ਤੁਸੀਂ ਚਲਾਈ ਜੋ ਸਾਨੂੰ ਘਟਣ ਨਾਲ ਮਤਲਬ ਹੈ ਸਾਨੂੰ ਫਾਇਦਾ ਹੋ ਜਾਣਾ ਨਹੀਂ ਮੈਂ ਉਹੀ ਗੱਲ ਕਰਦਾ ਵੀ ਇੱਥੇ ਨਾ ਫਾਇਦਾ ਲੈਣ ਨੂੰ ਸਭ ਤਿਆਰ ਰਹਿੰਦੇ ਨੇ ਪਰ ਜਦੋਂ ਕੋਈ ਕਹੇ ਕਿ ਭਾਈ ਆਪਾਂ ਆਹ ਕੰਮ ਕਰਨਾ ਹੈ ਤੇ ਆਪਾਂ ਨੂੰ ਥੋੜੀ ਜੀ ਤਕਲੀਫ ਚ ਝੱਲਣੀ ਪੈਣੀ ਆ ਉਦੋਂ ਅਗਲਾ ਕਹਿ ਦਿੰਦਾ ਆਪਾਂ ਕੀ ਲੈਣਾ ਹੁਣ ਰਸਤੇ ਦੇ ਵਿੱਚ ਆਪਾਂ ਇੱਕ ਉਦਾਹਰਨ ਲੈ ਲੈਨੇ ਆ ਕਿ ਰਸਤੇ ਦੇ ਵਿੱਚ ਕੋਈ ਕਿਸੇ ਬੰਦੇ ਦਾ ਦੁਰਘਟਨਾ ਹੋ ਜਾਂਦੀ ਹੈ ਸੜਕ ਦੁਰਘਟਨਾ ਹੋ ਜਾਂਦੀ ਹੈ ਅਸੀਂ ਆਪਾਂ ਇਹ ਕਹਿ ਕੇ ਲੰਘ ਜਾਨੇ ਆ ਕਿ ਭਾਈ ਡਿੱਗਿਆ ਪਿਆ ਬੰਦਾ ਆਪਾਂ ਕੀ ਲੈਣਾ ਪਿਆਰ ਰਹਿਣ ਦਿਓ ਨਹੀਂ ਬਸ ਇੰਨਾ ਕੁ ਕਹਿ ਦੇ ਹਈ ਹਈ ਐਡਾ ਤਕੜਾ ਐਕਸਟ੍ਰਾ ਬਸ ਇੰਨਾ ਕੁ ਰਿਐਕਸ਼ਨ ਦੇ ਕੇ ਅਸੀਂ ਅੱਗੇ ਲੰਘ ਜੰਨੇ ਆ ਅਗਲੇ ਦਾ ਫਾਇਦਾ ਕਰਨ ਬਾਰੇ ਨਹੀਂ ਸੋਚਦੇ ਤੇ ਜੇ ਅਸੀਂ ਕਿਤੇ ਭੁੱਲੇ ਚੁੱਕੇ ਉੱਥੇ ਖੜ ਵੀ ਗਏ ਸਭ ਤੋਂ ਪਹਿਲਾਂ ਸਾਡੇ ਮੋਬਾਈਲ ਦਾ ਕੈਮਰਾ ਖੁੱਲ ਜਾਣਾ ਤੇ ਉਹਦੀਆਂ ਵੀਡੀਓ ਬਣਾਉਣਗੇ ਤੇ ਵੀਡੀਓ ਬਣਾ ਕੇ ਉਹਨੂੰ ਚੱਕਣ ਦੀ بجائے ਫਿਰ ਬੋਲਣਗੇ ਪਤਾ ਕੀ ਆ ਭਾਈ ਫਲਾਣੀ ਸੜਕ ਦੇ ਉੱਤੇ ਆ ਜਿਹੜਾ ਇੱਕ ਐਕਸੀਡੈਂਟ ਹੋਇਆ ਪਿਆ ਇਹ ਆ ਮੋਟਰਸਾਈਕਲ ਦਾ ਨੰਬਰ ਹੈ ਜਲਦੀ ਜਲਦੀ ਗਰੁੱਪਾਂ ਚ ਪਾ ਦਿਓ ਤਾਂ ਕਿ ਬੰਦਾ ਬਚ ਜੇ ਉਹ ਭਲਿਓ ਮਾਨਸੋ ਵੀਡੀਓ ਨਾਲ ਥੋੜੀ ਬੰਦਾ ਬਚਣਾ ਵੀਡੀਓ ਵੀ ਬਣਾ ਲਿਓ ਪਰ ਇਹਨੂੰ ਚੱਕ ਕੇ ਹਸਪਤਾਲ ਤਾਂ ਲਿਜਾਓ ਪਹਿਲਾਂ ਹਸਪਤਾਲ ਦੇ ਵਿੱਚ ਪਏ ਦਾ ਇਲਾਜ ਹੁੰਦੇ ਤੁਸੀਂ ਵੀਡੀਓ ਵੀ ਪਾ ਦਿਓ ਇਹ ਇਹੋ ਹੀ ਹੈ ਵੀ ਭਾਈ ਅਸੀਂ ਕੀ ਲੈਣਾ ਆਪਾਂ ਕੀ ਲੈਣਾ ਇਹ ਐਵੇਂ ਹੀ ਚੱਲਦਾ ਰਹਿਣਾ ਫਾਇਦੇ ਦੀ ਤੁਸੀਂ ਗੱਲ ਕੀਤੀ ਹੈ ਫਾਇਦਾ ਤੁਹਾਨੂੰ ਮਿਲ ਗਿਆ ਸਮਝ ਲਓ 10% ਟੈਕਸ ਕਟੇ ਸਮਝੋ ਆ 2-3 ਰੁਪਏ ਡੀਜ਼ਲ ਪੈਟਰੋਲ ਵੀ ਘਟ ਜਾਣੇ ਆ ਤੇ ਇਸੇ ਕਰਕੇ ਮੈਂ ਤੁਹਾਨੂੰ ਤੁਹਾਡੀ ਟੈਨਸ਼ਨ ਤੋਂ ਸੁਰਖਰੂ ਕਰਨ ਵਾਸਤੇ ਇਹ ਸਾਰੀ ਗੱਲਬਾਤ ਕੀਤੀ ਸੀਗੀ ਵੀ ਅਕਾਲੀਆਂ ਨੇ ਚੱਕ ਲਿਆ ਝੰਡਾ ਹੁਣ ਇਹ 10% ਘਟਿਆ ਲਓ ਨਹੀਂ ਫਾਇਦਾ ਤੇ ਚਲੋ ਇੱਥੋਂ ਦੀ ਤਾਂ ਸਾਨੂੰ ਫਾਇਦਾ ਮਿਲ ਜੂਗਾ ਪਰ ਉਧਰ ਜਿਹੜਾ ਇੱਕ ਨਵਾਂ ਫੈਸਲਾ ਲਿੱਤਾ ਸੀਗਾ ਜਿਹੜਾ ਨਵਾਂ-ਨਵਾਂ ਲੱਗਿਆ ਸੀਗਾ ਜਿਹੜਾ ਉਮੀਦ ਇਹ ਸੀਗੀ ਵੀ ਭਾਈ ਕੁਝ ਨਹੀਂ ਹੋਣਾ ਫੇਰ ਪਹਿਲਾਂ ਕਿਹੜੀਆਂ ਇਹਨਾਂ ਨੇ ਸਾਈਟਾਂ ਬੰਦ ਨਹੀਂ ਕੀਤੀਆਂ ਪਹਿਲਾਂ ਕਿੰਨੀਆਂ ਕ ਬੰਦ ਹੋ ਗਏ ਹੁਣ ਤੱਕ ਫੀ ਚੱਲੀ ਜਾਂਦੀਆਂ ਨੇ ਵੀ ਲੋਕੀ ਹੁਣ ਤੱਕ ਵੀ ਉਹ ਕੁਝ ਕਰੀ ਜਾਂਦੇ ਨੇ ਜਿਹੜਾ ਕੁਝ ਪਹਿਲਾਂ ਕਹਿੰਦੇ ਟਿਕਟੋਕ ਹੁਣ ਫੇਰ ਸ਼ੁਰੂ ਹੋ ਗਈ ਭਾਈ ਜੇ ਤੁਸੀਂ ਉਹਦੇ ਚ ਤਰੀਕਾ ਲੱਭ ਲਿਆ ਫੇਰ ਜੁਗਾੜ ਹੋਉਂਦੇ ਨੇ ਫੇਰ ਟਿਕਟੋਕ ਚਲਾਉਂਦਾ ਉਹਨਾਂ ਨੇ ਤਰੀਕਾ ਜੇ ਲੱਭ ਲਿਆ ਕਹਿੰਦੇ ਉੱਥੇ ਜਾ ਕੇ ਭਾਈ ਐਦਾ ਕਰਕੇ ਦੱਸਣਾ ਨਹੀਂ ਮੈਂ ਫੇਰ ਲੋਕਾਂ ਨੇ ਚਲਾਣੀ ਸ਼ੁਰੂ ਕਰ ਦੇਣੀ ਉਹਦੇ ਤਰੀਕਾ ਲੋਕਾਂ ਨੇ ਪਰ ਲੱਭ ਲਿਆ ਵੀ ਟਿਕਟੋਕ ਅਸੀਂ ਚਲਾਉਣੀ ਕਿਵੇਂ ਹੈ ਵੀ ਕੇਂਦਰ ਸਰਕਾਰ ਜੋ ਮਰਜ਼ੀ ਕਰੀ ਜਾਵੇ ਜਿਹੜਾ ਮਰਜ਼ੀ ਫੈਸਲਾ ਲਈ ਜਾਵੇ ਕੁਝ ਨਹੀਂ ਹੁੰਦਾ ਹੁਣ ਜਿਨ੍ਹਾਂ ਨੂੰ ਹਲੇ ਨਹੀਂ ਪਤਾ ਲੱਗਿਆ ਜਿਹੜੇ ਲੋਕ ਇਹਦੇ ਆਦੀ ਸੀਗੇ ਹਾਂ ਜਿਨ੍ਹਾਂ ਨੂੰ ਨਹੀਂ ਪਤਾ ਲੱਗਿਆ ਸਾਡਾ ਪ੍ਰੋਗਰਾਮ ਦੇਖੋ ਤੇ ਉਹਨਾਂ ਨੂੰ ਪਤਾ ਲੱਗ ਜਾਊਗਾ ਕਿ ਟਿਕਟੋਕ ਦੁ ਜੀ ਜਿੰਨਾਂ ਹੁਣੇ ਤੱਕ ਨਹੀਂ ਪਤਾ ਲੱਗਿਆ ਵੀ ਅਸੀਂ ਦੁਬਾਰਾ ਕਿਵੇਂ ਚਲੋਣੀ ਹੈ ਹੁਣ ਇਹ ਕਿਹਾ ਜਾ ਰਿਹਾ ਵੀ ਭਾਈ ਉਹ ਤਾਂ ਹੁਣ ਸੈਕਟਰੀਸ ਕੋਲ ਜਾ ਕੇ ਆਪਣਾ ਇਲਾਜ ਕਰਾਉਣ ਲੱਗੇ ਨੇ ਉਹ ਤਾਂ ਹੁਣ ਡਿਪਰੈਸ਼ਨ ਦੇ ਵਿੱਚ ਆ ਗਏ ਨੇ ਉਹਨਾਂ ਨੂੰ ਹੁਣ ਡਾਕਟਰਾਂ ਦੀ ਲੋੜ ਪੈ ਰਹੀ ਹੈ ਇਹਦੇ ਵਿੱਚੋਂ ਨਿਕਲਣ ਵਾਸਤੇ ਮਤਲਬ ਹੁਣ ਇੱਕ ਐਪ ਨੇ ਸਾਡੇ ਸਿਰ ਤੇ ਇੰਨਾ ਕਸਰ ਕਰਤਾ ਸਾਡੇ ਦਿਮਾਗ ਦੇ ਵਿੱਚ ਇੰਨਾ ਕ ਚੀਜ਼ਾਂ ਭਰਤੀਆਂ ਉਹਦੇ ਪ੍ਰਤੀ ਵੀ ਅਸੀਂ ਇੰਨੇ ਅਡਿਕਟ ਹੋ ਗਏ ਵੀ ਸਾਨੂੰ ਹੁਣ ਛੁਟਕਾਰਾ ਡਾਕਟਰਾਂ ਕੋਲੋਂ ਦੀ ਪਾਉਣਾ ਪੈ ਰਿਹਾ ਵੀ ਅਸੀਂ ਇਹਨੂੰ ਕਿਵੇਂ ਛੱਡੀਏ ਇੱਕ ਨਸ਼ਾ ਬਣ ਗਿਆ ਮਤਲਬ ਬਿਲਕੁਲ ਆਪਾਂ ਨਾ ਪਿਛਲੇ ਦਿਨਾਂ ਦੇ ਵਿੱਚ ਚਲੋ ਲੱਗਾ ਵੀ ਪਬਜੀ ਦੀ ਆਪਾਂ ਗੱਲਬਾਤ ਕੀਤੀ ਸੀ ਜਦੋਂ 16 ਲੱਖ ਰੁਪਈਆ ਇੱਕ ਬੱਚੇ ਨੇ ਜਿਹੜਾ ਆਪਣੇ ਮਾਪਿਆਂ ਦਾ ਉਡਾਤਾ ਸੀ ਤੇ ਉਸ ਮਾਮਲੇ ਤੋਂ ਐਂ ਲੱਗਦਾ ਸੀਗਾ ਵੀ ਭਾਈ ਸ਼ਾਇਦ ਇੱਕੋ ਹੀ ਮਾਮਲਾ ਹੋਣਾ ਬੱਚੇ ਨੂੰ ਨਹੀਂ ਪਤਾ ਹੋਣਾ ਉਹਨੇ ਉਡਾਤੇ ਪੈਸੇ ਪਰ ਉਦੋਂ ਬਾਅਦ ਤਾਂ ਭਾਈ ਛੜੀ ਲੱਗ ਗਈ ਉਹ ਵਾਰ-ਵਾਰ ਖਬਰਾਂ ਆਉਣ ਲੱਗੀਆਂ ਕਿ ਭਾਈ ਕਿਸੇ ਨੇ 2 ਲੱਖ ਉਡਾਤਾ ਕਿਸੇ ਨੇ 3 ਲੱਖ ਉਡਾਤਾ ਗੱਲਾਂ ਵੀ ਲੱਖਾਂ ਦੀ ਮਤਲਬ ਇਹ ਨਹੀਂ ਕੋਈ 5-7000 ਰੁਪਏ ਦਾ ਨੁਕਸਾਨ 10000 ਦਾ ਨੁਕਸਾਨ ਜਣੀ ਲੱਖਾਂ ਦੇ ਵਿੱਚ ਪੈਸਾ ਜਦੋਂ ਆਪਣੇ ਅਕਾਊਂਟ ਦੇ ਵਿੱਚੋਂ ਉੜਦਾ ਜਾਂਦਾ ਪਹਿਲੀ ਗੱਲ ਘਰਦਿਆਂ ਨੂੰ ਪਤਾ ਨਹੀਂ ਲੱਗਦਾ ਇਸ ਗੱਲ ਦਾ ਫਿਰ ਬੱਚੇ ਨੂੰ ਜਾਂ ਤਾਂ ਏਡੀ ਸਮਝ ਨਹੀਂ ਜਾਂ ਫਿਰ ਸਮਝ ਹੋਣ ਦੇ ਬਾਵਜੂਦ ਵੀ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਕਰਦਿਆਂ ਨੂੰ ਕਿਹੜਾ ਪਤਾ ਲੱਗਾ ਆਪਾਂ ਫਲਾਣਾ ਲੈਵਲ ਪਾਰ ਕਰ ਲਈਏ ਦਾ ਇਹ ਐਪਸ ਨੇ ਜਿਹੜੇ ਇਹ ਪਹਿਲਾਂ ਤੋਂ ਹੀ ਹਾਲਾਂਕਿ ਲੋਕ ਭਾਵੇਂ ਇਹਨਾਂ ਨੂੰ ਟਰੋਲ ਦੇ ਬੇਸ ਤੇ ਲੈਂਦੇ ਸੀਗੇ ਭਾਈ ਸਾਡੇ ਵਾਸਤੇ ਖਤਰਨਾਕ ਨੇ ਬੱਚੇ ਬਹੁਤ ਸਾਰੀ ਆਪਾਂ ਇਹ ਵੀ ਖਬਰਾਂ ਸਾਂਝੀਆਂ ਕਰਦੇ ਰਹੇ ਆ ਕਿ ਪਬਜੀ ਦੇ ਨਾਲ ਜਦੋਂ ਛਿੜਕਿਆ ਜਾਂਦਾ ਸੀ ਕਿ ਬੰਦ ਕਰ ਦਿਓ ਉਦੋਂ ਬੱਚਿਆਂ ਨੇ ਆਤਮ ਹੱਤਿਆ ਵੀ ਕੀਤੀ ਆਪਣੇ ਨੁਕਸਾਨ ਵੀ ਕੀਤੇ ਆ ਹੁਣ ਇਸ ਵੇਲੇ ਆਪਾਂ ਨੂੰ ਇਹ ਕਰਨਾ ਚਾਹੀਦਾ ਹੈ ਕਿ ਜਿਹੜੇ ਤਾਂ ਐਡਿਕਟ ਹੋ ਗਏ ਇਹਦੇ ਉਹਨਾਂ ਨੂੰ ਤਾਂ ਹੈਂਡਲ ਕਰਨਗੇ ਹੀ ਮਾਪੇ ਪਰ ਜਿਹੜੀ ਆਉਣ ਵਾਲੀ ਪੀੜ੍ਹੀ ਛੋਟੇ ਬੱਚੇ ਨੇ 5 7 10 ਸਾਲ ਦੇ ਤੁਸੀਂ ਵੀ ਦੇਖੋ ਬੱਚੇ ਉਹਨਾਂ ਦੇ ਹੱਥਾਂ 'ਚ ਸਾਰਿਆਂ ਦੇ ਮੋਬਾਈਲ ਹੁੰਦੇ ਆ ਉਹਨਾਂ ਤੇ ਖਾਸ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਐਪ ਇਦੋਂ ਘੱਟ ਨਹੀਂ ਆਉਣੇ ਇਦੋਂ ਤਾਂ ਹੋਰ ਅਪਗ੍ਰੇਡ ਅਪਡੇਟ ਹੋ ਕੇ ਆਉਣੇ ਨੇ ਹੋਰ ਐਪ ਆਉਣੇ ਨੇ ਜਿਨ੍ਹਾਂ ਨੇ ਬੱਚਿਆਂ ਨੂੰ ਇਹ ਠੀਕ ਹੈ ਥੋੜੇ ਸਮੇਂ ਵਾਸਤੇ ਉਹਨਾਂ ਦਾ ਸਮਾਂ ਫਿਕਸ ਕਰ ਦਿਓ ਕਿ ਤੈਨੂੰ 10 ਮਿੰਟ ਵਾਸਤੇ 15 ਮਿੰਟ ਵਾਸਤੇ ਮੋਬਾਈਲ ਮਿਲਣਾ ਉਸ ਤੋਂ ਬਾਅਦ ਬੱਚੇ ਤੋਂ ਮੋਬਾਈਲ ਵਾਪਸ ਲੈ ਲਓ ਤਾਂ ਕਿ ਉਹ ਉਹਦੇ ਵਿੱਚ आ, मतलब बड़ न सके बड़ न सके मतलब ओदे ते अपना दिमाग ना पूरा खर्च कर, 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 कर सके। ਨਾਲੇ ਐਕਸੈਸ ਵੀ ਨਹੀਂ ਦੇਣਾ ਚਾਹੀਦਾ। ਬੈਂਕਾਂ ਨੂੰ ਤੁਸੀਂ ਐਕਸੈਸ ਜਦੋਂ ਦਿੱਤਾ ਹੋਇਆ ਅਗਲਾ ਪੇਮੈਂਟ ਕਰਦਾ ਨਹੀਂ ਕਰਦਾ ਮੈਸੇਜ ਤੁਹਾਡੇ ਕੋਲ ਆਂਦਾ ਉਹ ਡਿਲੀਟ ਕਰ ਦਿੰਦਾ। ਉਹਨਾਂ ਨੇ ਇਹੀ ਗੱਲ ਕਹੀ ਹੈ ਕਹਿੰਦੇ ਵੀ ਮੈਸੇਜ ਆਂਦਾ ਸੀਗਾ ਜਿਹੜਾ ਡਿਲੀਟ ਕਰ ਦਿੰਦਾ ਸੀ ਲੋਕਡਾਊਨ ਕਰਕੇ ਐਸੀ ਪਤਾ ਨਹੀਂ ਕਰਵਾ ਸਕੇ। ਬਾਅਦ ਚ ਪਤਾ ਕਰਵਾਏ ਤੁਸੀਂ ਐਕਸੈਸ ਕਿਉਂ ਦਿੱਤਾ ਪਹਿਲਾਂ ਦਾ? ਕਾਰਡਸ ਅੱਜ ਕੱਲ ਤਾਂ ਜਿਹੜੇ 10-10 ਸਾਲ ਦੇ 12-12 ਸਾਲ ਦੇ ਬੱਚੇ ਨੇ ਉਹਨਾਂ ਨੂੰ ATM ਕਾਰਡ ਦਿੱਤੇ ਹੋਏ ਨੇ। ਮਤਲਬ ਉਹ ਸਾਰੀ ਚੀਜ਼ ਸਾਨੂੰ ਵੀ ਆਪਣੀਆਂ ਗਲਤੀਆਂ ਮੇਰੇ ਚੈਨਲ ਮੰਨਣ ਦੁਨੀਆਦਾਰੀ ਦਾ ਉਹਨੂੰ ਨਹੀਂ ਪਤਾ ਨਫੇ ਨੁਕਸਾਨ ਦਾ ਉਹਨੂੰ ਸਿਰਫ ਇਹ ਪਤਾ ਹੈ ਕਿ ਮੈਂ ਖੇਡਣਾ ਹੈ ਤੇ ਆਪਣਾ ਟਾਈਮ ਪਾਸ ਕਰਨਾ ਜਿਹਦੇ ਚੋਂ ਉਹਦਾ ਇੰਟਰਸਟ ਬਣਦਾ ਉਹਨੇ ਲੱਗੇ ਰਹਿਣਾ ਪਰ ਘਟੂ ਘਟ ਮਾਪਿਆਂ ਨੂੰ ਤਾਂ ਇਹਦੇ 'ਚ ਧਿਆਨ ਦੇਣਾ ਚਾਹੀਦਾ ਕੱਲੇ ਬੱਚੇ ਨੂੰ ਆਪਾਂ ਦੋਸ਼ੀ ਕਹੀ ਜਾਈਏ ਜਾਂ ਉਹਨੂੰ ਗਲਤ ਕਹੀ ਜਾਈਏ ਇਹ ਵੀ ਜਸਟੀਫਾਈ ਨਹੀਂ ਹੋਣੀ ਗੱਲ ਮਾਪਿਆਂ ਨੂੰ ਪਹਿਲਾਂ ਧਿਆਨ ਦੇਣਾ ਚਾਹੀਦਾ ਜਿਹੜੇ ਜਿਹੜੇ ਲੱਗੇ ਪਏ ਉਹ ਤਾਂ ਲੱਗੇ ਹੀ ਪਏ ਆ ਮਾਪੇ ਆਪੇ ਉਹਨਾਂ ਨੂੰ ਹੈਂਡਲ ਕਰਨਗੇ ਪਰ ਨਾਲ ਦੀ ਨਾਲ ਫੇਰ ਮੈਂ ਦੁਬਾਰਾ ਉਹੀ ਗੱਲ ਕਰਦਾ ਕਿ ਜਿਹੜੇ ਹੁਣ ਵਾਲੇ ਬੱਚੇ ਆ ਉਹਨਾਂ ਤੇ ਥੋੜਾ ਜਿਹਾ ਖਾਸ ਧਿਆਨ ਦੇਣ ਦੀ ਲੋੜ ਹੈ ਹੂੰ ਤੇ ਤੁਹਾਡੇ ਤੇ ਵੀ ਥੋੜਾ ਜਿਹਾ ਖਾਸ ਧਿਆਨ ਦੇਣ ਦੀ ਲੋੜ ਹੈ ਕਿਉਂਕਿ ਤੁਸੀਂ ਪਹਿਲਾਂ ਗੱਲਬਾਤ ਜਿਹੜੀ ਕਰੀ ਜਾਂਦੇ ਸੀਗੇ ਵੀ ਟਿਕਟੌਕ ਬੈਨ ਕਰਕੇ ਕੀ ਹੋਣਾ ਟਿਕਟ ਸਿਰਪੋਂ ਲੱਗੇ ਸੀਗੇ ਅੱਛਾ ਮੇਰੇ ਨਾਲ ਕਿਸੇ ਨੇ ਜ਼ਮੀਨ ਲੱਪ ਲਈ ਤੇ ਮੈਂ ਉਹਨੂੰ ਨਾ ਵਟਸਐਪ ਤੋਂ ਬਲੌਕ ਕਰਦਾ ਦੋਸਤੋ ਕੀ ਫਾਇਦਾ ਹੋਇਆ ਅੱਛਾ ਕੀਤਾ ਮੈਂ ਕਿ ਸਹੀ ਕੀਤਾ ਕਿ ਗਲਤ ਕੀਤਾ ਮਤਲਬ ਐਦਾਂ ਦੀ ਗੱਲਾਂ ਹੋਣ ਲੱਗ ਪਈਆਂ ਸੀ ਕਦੋਂ ਕੀ ਮੋਦੀ ਸਾਹਿਬ ਨੇ ਫੈਸਲਾ ਲੈ ਲਿਆ ਐਵੇਂ ਮੋਦੀ ਸਾਹਿਬ ਦਾ ਮਤਲਬ ਸੋਚਦੇ ਨੇ ਵੀ ਮੈਂ ਇਦੇ ਨਾਲ ਪਤਾ ਨਹੀਂ ਕਿੱਡਾ ਕੰਮ ਕਰ ਲੂੰਗਾ ਚੀਨ ਪੈਰਾਂ ਤੇ ਆਇਆ ਕਿ ਨਾ ਬਈ ਸੈੱਟ ਲਿਆ ਗੋਡਿਆਂ ਤੇ ਤੇ ਮੈਨੂੰ ਹੁਣ ਲੱਗਦਾ ਹੈ ਕਿ ਧਿਆਨ ਸਾਨੂੰ ਕੈਮਰੇ ਵੱਲ ਵੀ ਦੇਣਾ ਚਾਹੀਦਾ ਕਿਉਂਕਿ ਪਿੱਛੇ ਬੈਠੇ ਭਾਈ ਸਾਹਿਬ ਇਸ਼ਾਰੇ ਕਰੀ ਜਾਂਦੇ ਆ ਕਿ ਸਮਾਂ ਵਕਫੇ ਦਾ ਹੋ ਗਿਆ ਗੱਲਾਂ ਬਾਤਾਂ ਹੋਰ ਕੁਝ ਮੁੱਦੇ ਜਿਹੜੇ ਆਲੇ ਦੁਆਲੇ ਦੇ ਵੀ ਕੁਝ ਸੀਰੀਅਸ ਮੁੱਦੇ ਤੁਹਾਡੇ ਨਾਲ ਸਾਂਝੇ ਕਰਨੇ ਆ ਸਮਾਂ ਇੱਕ ਵਕਫੇ ਦਾ ਜਲਦ ਹਾਜ਼ਰ ਹੋਵਾਂਗੇ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਨਿੱਘਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਤੇ ਸ਼ੋਅ ਚੱਲ ਰਿਹਾ ਜੀ ਉਲਟ ਪੁਲਟ ਤੇ ਬ੍ਰੇਕ ਤੇ ਜਾਂਦੋਂ ਪਹਿਲਾਂ ਮੇਰੀ ਗੱਲ ਨਹੀਂ ਸੀ ਪੂਰੀ ਹੋਣ ਦਿੱਤੀ ਵਿੱਚ ਤੁਸੀਂ ਸੋਚਿਆ ਕਿ ਕਿਉਂ ਨਾ ਮੈਂ ਕੱਟ ਦਵਾਂ ਬ੍ਰੇਕ ਓਪਨ ਮੈਂ ਕਰਨ ਲੱਗਾ ਸੀਗਾ ਮੈਂ ਨਾਲ ਦੀ ਨਾਲ ਦਰਸ਼ਕਾਂ ਨੂੰ ਦੱਸ ਦੇਣਾ ਸੀ ਭਾਈ ਮੈਨੂੰ ਬ੍ਰੇਕ ਦੇ ਵਿੱਚ ਕੋਈ ਰੈਸਟ ਨਹੀਂ ਲੈਣ ਦਿੱਤੀ ਕੌੜਾ ਸਾਹਿਬ ਬੋਲਣੋ ਹੀ ਨਹੀਂ ਹਟੇ ਮੇਰੀ ਗੱਲ ਸੀ ਮੇਰੀ ਗੱਲ ਹੀ ਨਹੀਂ ਕੰਪਲੀਟ ਹੋਣ ਦਿੱਤੀ ਮੈਂ ਤਾਂ ਅਜੇ ਗੱਲ ਪੂਰੀ ਕਰਨੀ ਸੀ ਪਹਿਲਾਂ ਹੀ ਕਹਤਾ ਬ੍ਰੇਕ ਹੈ ਕੌੜਾ ਸਾਹਿਬ ਗੱਲ ਕਰ ਨਹੀਂ ਉਹ ਜਦੋਂ ਫਿਰ ਗੱਲ ਆਪਰੇ ਦੇ ਅੰਨੇ ਹੁੰਦੀ ਹੈ ਮੇਰੇ ਨਾਮ ਤੇ ਬੋਝ ਬਣਿਆ ਪਿਆ ਵੀ ਮੇਰਾ ਇੱਥੋਂ ਉੱਠਣ ਤੋਂ ਬਾਅਦ ਬੰਨਣਾ ਕੀ ਹੈ ਗੱਲ ਕੰਪਲੀਟ ਕਰ ਲਓ ਮੈਂ ਗੱਲ ਜਦੋਂ ਫਿਰ ਇੱਧਰ ਨੂੰ ਆਣੀ ਸ਼ੁਰੂ ਹੁੰਦੀ ਹੈ ਨਾ ਜਦੋਂ ਥੋੜੀ ਜਿਲੀ ਸਹੀ ਆਣੀ ਸ਼ੁਰੂ ਹੁੰਦੀ ਹੈ ਇੱਧਰ ਨੂੰ ਤਾਂ ਫਿਰ ਫਟਾਫਟ ਇਹ ਹੋ ਜਾਂਦਾ ਮੈਂ ਵੀ ਬ੍ਰ ਜਿਹੜੀਆਂ ਮੈਨੂੰ ਗੱਲਾਂ ਸੁਣਨੀਆਂ ਪਈਆਂ ਦੁਬਾਰਾ ਨਾ ਸੁਣਨੀਆਂ ਭੈਣ ਮੈਂ ਇਹ ਕਹਿ ਰਹੀ ਸੀ ਕਿ ਤੁਸੀਂ ਲੋਕ ਕਹਿੰਦੇ ਸੀਗੇ ਵੀ ਭਾਈ ਚਾਈਨਾ ਦਾ ਕੱਖ ਨਹੀਂ ਹੋਣਾ ਕੁਝ ਨਹੀਂ ਬਚਣਾ ਕੰਪਨੀਆਂ ਨੂੰ ਬਹੁਤ ਅਰਬਾਂ ਖਰਵ ਦਾ ਘਾਟਾ ਪੈ ਰਿਹਾ ਤੁਹਾਨੂੰ ਕੀ ਪਤਾ ਹੁਣ ਉਹ ਕਹਿੰਦੇ ਵੀ ਭਾਈ ਦੁਆਰਾ ਮਤਲਬ ਸਾਡੀ ਥੋੜੀ ਜੀ ਸੁਲਾਸਲਾ ਜੇ ਕਰ ਲਈ ਅਸੀਂ ਭਾਰਤ ਵਾਲੇ ਪਾਸਿਓਂ ਦੀ ਤੇ ਟਿਕਟੋਕ ਦੁਆਰਾ ਦੂਰੋਂ ਸ਼ੁਰੂ ਕਰ ਦੇਣ ਤਾਂ ਸਾਡਾ ਵੀ ਫਾਇਦਾ ਹੋਜੂ ਨਾਲ ਭਾਰਤ ਵਾਲਿਆਂ ਦਾ ਵੀ ਫਾਇਦਾ ਹੋਜੂ ਉੱਪਰ ਉਹ ਕਹਿੰਦੇ ਵੀ ਅਰਬਾਂ ਦਾ ਨੁਕਸਾਨ ਹੋਇਆ ਤੁਸੀਂ ਸੋਚਦੇ ਕੁਝ ਨਹੀਂ ਹੋਣਾ ਨਹੀਂ ਕੋੜਾ ਸਾਹਿਬ ਮੈਨੂੰ ਲੱਗਦਾ ਨਹੀਂ ਕਿ ਹੁਣ ਇਹ ਇਉਂ ਗੱਲ ਨਿਬੜ ਸਕਦੀ ਹੈ ਵੀ ਐਂ ਕਰਕੇ ਇੱਕ ਦੂਜੇ ਨਾਲ ਸਮਝੌਤੇ ਹੋ ਜਾਣਗੇ ਹਾਲਾਂਕਿ ਚੀਨ ਇਹ ਵੀ ਕਹਿ ਜਾ ਰਿਹਾ ਹੈ ਖਬਰਾਂ ਮਿਲ ਰਹੀਆਂ ਕਿ 1 ਕਿਲੋਮੀਟਰ ਪਿੱਛੇ ਚਲਾ ਵੀ ਗਿਆ ਉਹ ਹੁਣ ਇਉਂ ਨਾ ਕਹਿ ਦਿਓ ਵੀ ਉਹਨਾਂ ਨੇ ਟਿਕਟੋਕ ਬੰਦ ਕਰਤਾ ਸੀ ਤਾਂ ਚਲਾ ਗਿਆ ਨਹੀਂ ਬਿਲਕੁਲ ਇੱਕ ਹੋਰ ਜਿਹੜੀ ਗੱਲ ਹੈ ਉਹ ਮੈਂ ਤਾਂ ਪਹਿਲਾਂ ਕਹਿੰਦਾ ਸੀ ਵੀ ਇਹਦਾ ਵੀ ਤੁਸੀਂ ਸਿਰਾ ਐਂ ਲੈਣਾ ਅੱਛਾ ਇੱਕ ਹੋਰ ਐਪ ਆ ਜਿਹੜੀ ਲੋਕ ਅੱਜਕੱਲ ਡਾਊਨਲੋਡ ਕਰੀ ਜਾਂਦੇ ਨੇ ਅੱਛਾ ਉਹ ਹੈਗੀ ਮਿੱਤਰੋਨਾ ਦੀ ਅੱਛਾ ਮਿੱਤਰੋ ਹੁਣ ਮਿੱਤਰੋ ਸ਼ਬਦ ਤੁਸੀਂ ਕਿਤੇ ਸੁਣਿਆ ਹੋਣਾ ਮਿੱਤਰੋ ਮੇਰੇ ਭਾਈਓ ਤੇ ਭੈਣੋ ਦੇ ਵਿੱਚ ਆ ਜਾਂਦਾ ਮਿੱਤਰੋ ਹਾਂ ਮਿੱਤਰੋ ਹੁਣ ਲੋਕ ਪਤਾ ਕੀ ਕਹਿੰਦੇ ਨੇ ਮਿੱਤਰੋ ਐਪ ਹੈ ਜਿਹੜੀ ਉਹ ਇਹਦੇ ਇਹਦੇ ਵਰਗੀ ਹੈ ਜਾਨੀ ਟਿਕਟੋਕ ਵਰਗੀ ਹੀ ਐਪ ਹੈ ਔਰ ਉਸੇ ਤਰੀਕੇ ਦੇ ਨਾਲ ਹੀ ਮਤਲਬ ਉਹ ਚੱਲਦਾ ਮਨੂੰ ਤਾਂ ਨਾ ਮੋਦੀ ਸਾਹਿਬ ਦਾ ਮਤਲਬ ਜਿੰਨਾ ਧੰਨਵਾਦ ਕਰੋ ਉਹਨਾਂ ਮਤਲਬ ਥੋੜਾ ਹੋਣਾ ਚਾਹੀਦਾ ਹੈ ਕਿ ਮੋਦੀ ਸਾਹਿਬ ਨੇ ਉਹ ਉਹਨਾਂ ਨੇ ਪਹਿਲਾਂ ਹੀ ਕਿਹਾ ਸੀ ਆਤਮ ਨਿਰਭਰ ਬਣੋ ਹਾਂ ਉਹਨਾਂ ਨੇ ਹੁਣ ਆਤਮ ਨਿਰਭਰ ਬਣ ਕੇ ਹੁਣ ਤੁਹਾਡੇ ਲਈ ਐਪ ਲਾਂਚ ਕਰਤੀ ਭਾਰਤ ਦੇ ਤਾਂ ਹੁਣ ਤੁਸੀਂ ਫੇਰ ਮਤਲਬ ਉਹੀ ਗੱਲਾਂ ਬਾਤਾਂ ਸੰਗਰਾ ਹੋ ਰਹੀ ਥੋੜਾ ਸਾਬ ਮੈਂ ਤਾਂ ਸ਼ੱਕ ਹੀ ਜਤਾਉਂਦਾ ਸੀਗਾ ਵੀ ਲੋਕ ਕਹਿੰਦੇ ਨੇ ਵੀ ਮਿੱਤਰੋ ਐਪ ਉਧਰੋਂ ਆ ਸਕਦੀ ਆ ਵੀ ਹੋ ਸਕਦਾ ਮੋਤੀ ਮੋਦੀ ਸਾਹਿਬ ਦੀ ਪਰਸਨਲ ਹੋਵੇ ਤੁਸੀਂ ਤਾਂ ਠੱਪਾ ਹੀ ਲਾਤਾ ਨਹੀਂ ਮੈਂ ਕੋਈ ਠੱਪਾ ਨਹੀਂ ਲਾਇਆ ਤੁਸੀਂ ਤਾਂ ਮੋਰ ਹੀ ਲਾਤੀ ਵੀ ਹਾਂ ਮੋਦੀ ਸਾਹਿਬ ਦਾ ਧੰਨਵਾਦ ਕਰੋ ਕਿ ਉਹਨਾਂ ਨੇ ਤੁਹਾਨੂੰ ਐਪ ਤਿਆਰ ਕਰਕੇ ਦੇਤੀ ਆ ਮਿੱਤਰੋ ਨਾਮ ਦਾ ਉਹਨਾਂ ਦਾ ਹੀ ਹੈ ਨਾ ਕਿਸੇ ਨੇ ਵੀ ਬਣਾਈ ਹੋਵੇ ਚਲੋ ਪਰ ਲੋਗ ਇਹੀ ਕਹਿ ਰਹੇ ਆ ਕਿ ਭਾਈ ਮਿੱਤਰੋ ਐਪ ਆ ਜਿਹੜੀ ਉਹ ਮੋਦੀ ਸਾਹਿਬ ਵਾਲੇ ਪਾਸਿਓਂ ਆਈ ਆ ਹੁਣ ਸਾਡੇ ਭਾਰਤ ਦਾ ਐਪ ਆ ਇਹਨੂੰ ਡਾਊਨਲੋਡ ਕਰੋ ਇਹਦੇ ਤੇ ਕੱਢੋ ਆਪਦੇ ਜਿਹੜੇ ਕਲਾਕਾਰੀ ਦੇ ਕੀੜੇ ਨੇ ਇਹ ਇਹਦੇ ਤੇ ਆਪਦੀ ਜਿਹੜਾ ਮਨੋਰੰਜਨ ਕਰਨਾ ਕਰੋ ਇਹਨੂੰ ਡਾਊਨਲੋਡ ਕਰੋ ਮੈਨੂੰ ਸ਼ੱਕ ਹੋ ਜਾਂਦਾ ਵੀ ਉਧਰੋਂ ਕਿਤੇ ਚਾਹਤਾ ਨਹੀਂ ਆਇਆ ਤਾਂ ਇਹ ਹੁਣ ਤੁਸੀਂ ਐਪ ਦੀਆਂ ਮਤਲਬ ਇੱਥੇ ਆ ਗਏ ਪ੍ਰੋਮੋਸ਼ਨ ਨਹੀਂ ਕਰ ਰਿਹਾ ਇਹ ਲੋਕਾਂ ਦੇ ਜਿਹੜੇ ਸ਼ੰਕੇ ਨੇ ਮੈਂ ਉਹ ਕਹਿ ਰਿਹਾ ਵੀ ਲੋਕ ਕਹਿੰਦੇ ਵੀ ਉਹਨਾਂ ਨੇ ਆਪਦੇ ਪੈਸੇ ਕਮਾਉਣ ਵਾਸਤੇ ਟਿਕਟੌਕ ਬੰਦ ਕੀਤੀ ਹੈ ਚੀਨ ਨਾਲ ਗੁੱਸੇ ਵਾਸੀ ਦੀ ਕੋਈ ਗੱਲ ਨਹੀਂ ਚੀਨ ਨਾਲ ਗੁੱਸੇ ਵਾਲੀ ਗੱਲ ਕੋਈ ਨਹੀਂ ਹੈਗੀ ਇਹ ਲੋਕ ਇਹ ਕਹਿੰਦੇ ਆ ਇਹਨਾਂ ਨੇ ਆਪਦਾ ਐਪ ਲਾਂਚ ਕਰਨਾ ਸੀ ਉਹ ਕਰ ਲਿਆ ਤੇ ਹੁਣ ਉਹਨੂੰ ਡਾਊਨਲੋਡ ਧੱਕੇ ਨਾਲ ਕਰਵਾ ਰਹੇ ਆ ਵੀ ਭਾਈ ਕਰੋ ਤੇ ਦੇਖੋ ਜਿਹੜਾ ਕੋ ਦੇਖਣਾ ਹੂੰ ਅੱਛਾ ਚਲੋ ਇਹ ਸਾਰੀ ਗੱਲਾਂ ਤਾਂ ਆਪਾਂ ਕਰਦੇ ਹੀ ਰਹਨੇ ਆ ਇਹ ਤਾਂ ਬੜਾ ਕੁਝ ਬੋਲ ਬੋਲਦ ਨੇ ਅਸੀਂ ਉਹ ਮਾੜਾ ਮੋਟਾ ਆ ਕੇ ਇੱਥੇ ਚਲੋ ਆਪਦੀ ਦਿਲ ਦੀ ਵੀ ਪ੍ਰੈਸ ਕੱਢ ਲਈਦੀ ਹੈ ਪਰ ਹੁਣ ਇੱਕ ਜਿਹੜਾ ਸਭ ਤੋਂ ਸੰਜੀਦਾ ਮੁੱਦਾ ਇਸ ਵੇਲੇ ਇਸ ਵੇਲੇ ਕੀ ਬੜੇ ਟਾਈਮ ਤੋਂ ਮੇਰੇ ਖਿਆਲ ਨਾਲ ਇਹ ਸੰਜੀਦਾ ਹੀ ਆ ਮੁੱਦਾ ਬਰਗਾੜੀ ਕਾਣ ਵਾਲਾ ਜੀ ਕਹਿੰਦੇ ਵੀ ਹੁਣ ਉਹਦੇ ਵਿੱਚ ਨਵੇਂ ਖੁਲਾਸੇ ਬਹੁਤ ਹੋ ਰਹੇ ਨੇ ਅਕਾਲੀਆਂ ਵੱਲ ਨੂੰ ਵੀ ਜਾ ਰਹੀ ਹੈ ਸਿੱਟ ਦੀ ਜਿਹੜੀ ਜਾਂਚ ਹੈ ਉਹ ਦੂਜੇ ਪਾਸੇ ਨੂੰ ਹੁਣ ਡੇਰਾ ਮੁਖੀ ਵੱਲ ਨੂੰ ਵੀ ਜਾਣ ਲੱਗ ਪਈ ਬਿਲਕੁਲ ਔਰ ਇਹਦੇ ਵਿੱਚ ਕਿਤੇ ਨਾ ਕਿਤੇ ਪਹਿਲਾਂ ਵੀ ਆਪਾਂ ਇਹ ਗੱਲ ਕਰਦੇ ਹੁੰਨੇ ਆ ਕਿ ਜੇ ਇਨਸਾਫ ਮੰਗਦੀਆਂ ਸੰਗਤਾਂ ਨੇ ਜਿਹੜੀਆਂ ਭਾਵੇਂ ਉਹ ਦੇਸ਼ ਦੀਆਂ ਚਾਹੇ ਵਿਦੇਸ਼ ਦੀਆਂ ਹਰ ਇੱਕ ਨੂੰ ਦੁੱਖ ਹੈ ਭਾਵੇਂ ਉਹ ਸਿੱਖ ਹੋਵੇ ਗੈਰ ਸਿੱਖ ਹੋਵੇ ਕਿਸੇ ਵੀ ਧਰਮ ਦੇ ਗ੍ਰੰਥ ਦੇ ਨਾਲ ਬਿਆਦਵੀ ਹੋਣਾ ਬਹੁਤ ਮੰਦ ਭਾਗਾ ਹੁੰਦਾ ਹੈ ਔਰ ਹਰ ਇੱਕ ਨੂੰ ਇਸ ਦਾ ਦਿਲੋਂ ਦੁੱਖ ਹੁੰਦਾ ਪਰ ਉਸ ਵੇਲੇ ਜਿਹੜਾ ਕੁਝ ਵਾਪਰਿਆ ਉਹ ਉਹ ਜਮਈ ਅਤਨਿੰਦਨ ਯੋਗ ਸੀਗਾ ਤੇ ਨਾ ਸਹਿਣ ਯੋਗ ਸੀ ਜਿਸ ਤਰੀਕੇ ਦੇ ਨਾਲ ਉਥੋਂ ਜਿਹੜੇ ਆ ਅੰਗ ਫਾੜੇ ਹੋਏ ਮਿਲਦੇ ਨੇ ਗਲੀਆਂ ਦੇ ਵਿੱਚ ਰੂੜੀਆਂ ਦੇ ਉੱਪਰ ਪਏ ਹੋਏ ਮਿਲਦੇ ਆ ਤਾਂ ਵੱਡੇ ਦੁੱਖ ਦੀ ਗੱਲ ਸੀ ਔਰ ਸਿੱਖ ਸੰਗਤ ਉਹਦੋਂ ਤੋਂ ਹੀ ਗੁੱਸੇ 'ਚ ਹੈ ਬਿਲਕੁਲ ਅੱਜ ਹੁਣ ਜਿਹੜਾ ਨਵਾਂ ਜਿਹੜਾ ਮਾਮਲਾ ਸਾਹਮਣੇ ਆਉਂਦਾ ਉਹ ਹੈਗਾ ਕਿ ਜਿਹੜੀ ਸਟ ਆਈਜੀ ਰਣਵੀਰ ਸਿੰਘ ਖੱਟੜਾ ਦੀ ਅਗਵਾਈ ਦੇ ਵਿੱਚ ਕੰਮ ਕਰਦੀ ਹੈ ਬੇਅਦਬੀ ਮਾਮਲਾ ਜਿਹੜਾ ਹੈਗਾ ਬੁਰਜ ਜਵਾਰ ਸਿੰਘ ਵਾਲਾ ਤੋਂ ਜਦੋਂ ਸਰੂਪ ਚੋਰੀ ਹੁੰਦੇ ਆ ਉਸ ਮਾਮਲੇ ਦੇ ਵਿੱਚ ਡੇਰਾ ਮੁਖੀ ਨੂੰ ਨਾਮਜ਼ਦ ਕਰ ਦਿੱਤਾ ਗਿਆ ਉਹ ਕਹਿੰਦੇ ਜੀ 11 ਲੋਕਾਂ ਨੂੰ ਕੁੱਲ ਜਿਹੜਾ ਉਹਦੇ ਵਿੱਚ ਨਾਮਜ਼ਦ ਕੀਤਾ ਸੀਗਾ ਉਹਨਾਂ ਦੇ ਵਿੱਚੋਂ ਇੱਕ ਡੇਰਾ ਮੁਖੀ ਵੀ ਹੈ ਤਨ ਇਹਨਾਂ ਦੇ ਹਰਿਆਣੇ ਦੇ ਰਹਿਣ ਵਾਲੇ ਡੇਰਾ ਪ੍ਰੇਮੀ ਨੇ ਜਿਹੜੇ ਇਹਨਾਂ ਦੀ ਨੈਸ਼ਨਲ ਕਮੇਟੀ ਜਿਹੜੀ ਡੇਰੇ ਦੀ ਬਣੀ ਸੀ ਉਹਦੇ ਮੈਂਬਰ ਉਹਨਾਂ ਮੀਟਿੰਗਾਂ ਦੇ ਵਿੱਚ ਜਣੀ ਇਹ ਸ਼ਾਮਲ ਹੁੰਦੇ ਸੀਗੇ ਤੇ ਕਿਤੇ ਨਾ ਕਿਤੇ ਤਾਰਾਂ ਜ਼ਰੂਰ ਸਿੱਧੇ ਤੌਰ ਤੇ ਉਧਰ ਨੂੰ ਜੁੜਦੀਆਂ ਤੇ ਪਹਿਲਾਂ ਵੀ ਇਹ ਇਹ ਜੇਹੀ ਮਾਮਲੇ ਦੇ ਵਿੱਚ ਛੇੜਛਾੜ ਦੇ ਸਿੱਖ ਧਰਮ ਦੇ ਸਿਧਾਂਤਾਂ ਦੇ ਅਗੇਂਸਟ ਉਹਨਾਂ ਦਾ ਛੇੜਛਾੜ ਕਰਨ ਦੇ ਮਾਮਲੇ ਵਿੱਚ ਡੇਰਾ ਮੁਖੀ ਬੜੇ ਵੱਡੇ ਵਿਵਾਦਾਂ ਦੇ ਵਿੱਚ ਰਿਹਾ ਤੇ ਅਕਾਲੀ ਦਲ ਤੇ ਉਦੋਂ ਵੀ ਸਵਾਲ ਉੱਠੇ ਸੀਗੇ ਕਿ ਭਾਈ ਇਹਨਾਂ ਨੂੰ ਜਿਹੜੀ ਮਾਫੀ ਦਿੱਤੀ ਗਈ ਆ ਇਹ ਗੈਰ ਸਵਿਧਾਨਿਕ ਸਵਿਧਾਨਿਕ ਹੈ ਸਿੱਖ ਸਿਧਾਂਤਾਂ ਦੇ ਮੁਤਾਬਿਕ ਇਹ ਉਹਨੇ ਮਾਫੀ ਮੰਗੀ ਨਹੀਂ ਸੀ ਤਾਂ ਕਿ ਇਹਨਾਂ ਦਿੱਤੀ ਗਈ ਸੀ ਤਾਂ ਕਿ ਜਿਹੜਾ ਵੋਟ ਬੈਂਕ ਆ ਆਪਣੇ ਵੱਲ ਖਿੱਚਾ ਜਾਵੇ ਚਲੋ ਇਹ ਇੱਕ ਸੈਪਰੇਟ ਇਸ਼ੂ ਆ ਪਰ ਇਸ ਤੋਂ ਬਿਨਾ ਹੁਣ ਜਿਹੜੇ 5 ਲੋਗ ਗ੍ਰਿਫਤਾਰ ਕੀਤੇ ਗਏ ਆ ਉਹ 7 ਸੀ ਟੋਟਲ ਜਿਨ੍ਹਾਂ ਨੂੰ ਦੋ ਦੀ ਜਮਾਨਤ ਉਸ ਤੋਂ ਪਹਿਲਾਂ ਹੀ ਹੋ ਚੁੱਕੀ ਸੀ ਇਹ ਉਹੀ 7 ਸੀਗੇ ਜਿਹੜੇ ਇਸ ਤੋਂ ਪਹਿਲਾਂ ਗ੍ਰਿਫਤਾਰ ਕੀਤੇ ਗਏ ਸੀ ਤੇ ਸੀਬੀਆਈ ਨੇ ਇਹਨਾਂ ਨੂੰ ਕਲੋਜ਼ਰ ਰਿਪੋਰਟ ਪੇਸ਼ ਕਰਤੀ ਸੀ ਤੇ ਇਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਸੀ ਭਾਈ ਇਹਨਾਂ ਦੇ ਕੋਲੋਂ ਕੋਈ ਸੁਰਾਖ ਨਹੀਂ ਮਿਲਿਆ ਕੋਈ ਸੁਰਾਖ ਨਹੀਂ ਮਿਲਿਆ ਇਹ ਬੰਦੇ ਦੋਸ਼ੀ ਨਹੀਂ ਹੈਗੇ ਤਾਂ ਸੀਬੀਆਈ ਨੇ ਜਾਂਚ ਬੰਦ ਕਰਤੀ ਸੀ ਹੁਣ ਦੁਬਾਰਾ ਜਾਂਚ ਸ਼ੁਰੂ ਹੋਈ ਹੈ ਹੁਣ ਇਹ ਮਾਮਲਾ ਲਗਾਤਾਰ ਪੱਕ ਗਿਆ ਇਹਨੂੰ ਕਿਤੇ ਨਾ ਕਿਤੇ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਭਾਈ ਜਿਹੜੀ ਇਹ ਚਾਲ ਹੁਣ ਦੋਨੋਂ ਸੈੱਟ ਦੀ ਕੁਮਰ ਵਿਜੇ ਪ੍ਰਤਾਪ ਦੀ ਤੇ ਰਣਵੀਰ ਸਿੰਘ ਖਟੜਾ ਦੀ ਜਿਹੜੀ ਜਾਂਚ ਆ ਉਹ ਹੁਣ ਇਨਸਾਫ ਦੇ ਵੱਲ ਵਧੀ ਜਾਂਦੀ ਆ سکون ਮਿਲਦਾ ਕਿ ਚਲੋ ਘੱਟੋ ਘੱਟ ਇਨਸਾਫ ਮਿਲੂਗਾ ਪਰ ਨਾਲ ਦੀ ਨਾਲ ਸਿਆਸੀ ਪੀੜਾਂ ਦੇ ਵਿੱਚ ਗੱਲ ਇਉਂ ਵੀ ਚੱਲਦੀ ਹੈ ਕਿ 2022 ਨੂੰ ਦੇਖ ਕੇ ਹੁਣ ਕਾਂਗਰਸ ਆਪਣਾ ਪੈਂਤੜਾ ਤਕੜਾ ਕਰਦੀ ਪਈ ਹੈ ਅੱਛਾ ਕਾਂਗਰਸ ਤੇ ਇਸ ਤਰੀਕੇ ਨਾਲ ਕੰਮ ਕਰਨਾ ਸ਼ੁਰੂ ਕਰਤਾ ਕਾਂਗਰਸ ਨੇ ਕਿ 2022 ਤੱਕ ਅਸੀਂ ਇਨੇ ਕ ਮਾਮਲੇ ਦਰਜ ਕਰ ਲਈਏ ਇਨੇ ਕ ਬੰਦੇ ਗ੍ਰਿਫਤਾਰ ਕਰ ਲਈਏ ਕਿ ਆਉਣ ਵਾਲੇ ਜਿਹੜੇ ਇਲੈਕਸ਼ਨ ਆ ਜਿਹੜਾ ਅਸੀਂ ਵਾਦਾ ਕਰਕੇ ਆਏ ਸੀਗੇ ਵੀ ਭਾਈ ਅਸੀਂ ਬੇਅਦਬੀ ਦੇ ਦੋਸ਼ੀਆਂ ਨੂੰ ਨਾਲ ਦੀ ਨਾਲ ਜੇਲਾਂ ਭੇਜ ਦਾਂਗੇ ਇਹ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਆਪਣੇ ਚੋਣ ਪ੍ਰਚਾਰ ਦੇ ਵਿੱਚ ਵੀ ਕਿਹਾ ਸੀਗਾ ਵੀ ਭਾਈ ਜਿਹੜੀਆਂ ਇਹਦੀਆਂ ਪੈੜਾਂ ਨੇ ਬੇਅਦਬੀ ਦੀਆਂ ਔਰ ਗੋਲੀ ਕਾਂਡਦੀਆਂ ਇਹ ਸਿੱਧੀਆਂ ਬਾਦਲਪਿੰਡ ਵੱਲ ਨੂੰ ਜਾਂਦੀਆਂ ਤੇ ਉਹ ਪੈੜਾਂ ਅੱਜ ਤੱਕ ਲੱਭੀਆਂ ਨਹੀਂ ਹੈਗੀਆਂ ਹੁਣ ਕੋਸ਼ਿਸ਼ ਕਿਤਨਾ ਕਿਤੇ ਸਰਕਾਰ ਦੀ ਰਹੂਗੀ ਵੀ 2022 ਦੇ ਵਿੱਚ ਅਸੀਂ ਸਰਕਾਰ ਅਸੀਂ ਲੋਕਾਂ ਨੂੰ ਜਾ ਕੇ ਸੰਬੋਧਨ ਵੀ ਕਰਨੇ ਆ ਉਹਨਾਂ ਦੇ ਸਵਾਲਾਂ ਦੇ ਜਵਾਬ ਵੀ ਦੇਣੇ ਆ ਤੇ ਜੇ ਸਾਨੂੰ ਲੋਕ ਪੁੱਛਣਗੇ ਕਿ ਬੇਦਬੀ ਦਾ ਕੀ ਕੀਤਾ ਤਾਂ ਅਸੀਂ ਉਹਨਾਂ ਸਾਹਮਣੇ ਚਿੱਠਾ ਦਿਖਾ ਦਈਏ ਕਿ ਅਸੀਂ ਆਹ ਕੁਝ ਕੀਤਾ ਸੀਗਾ ਬਿਲਕੁਲ ਇਹਦਾ ਮਤਲਬ ਇਹ ਆ ਵੀ ਆਪਣੀ ਪਾਰਟੀ ਇੱਕ ਤਰੀਕੇ ਨਾਲ ਬਸ ਸਟਰੋਂਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਵੀ ਅਸੀਂ ਮਾਮਲੇ ਦਰਜ ਕਰੀਏ ਤੇ ਮੁੜ ਕੇ ਬਾਈ ਦੀ ਚੋਣਾਂ ਦੇ ਵਿੱਚ ਸਾਨੂੰ ਫਾਇਦਾ ਹੋਵੇ ਦੂਜੇ ਪਾਸੇ ਹਰ ਇੱਕ ਨੂੰ ਇਹ ਚੀਜ਼ ਮਤਲਬ ਕੋਈ ਵੀ ਕੇਸ ਹੋਵੇ ਕੋਈ ਵੀ ਮਾਮਲਾ ਹੋਵੇ ਚੋਰੀ ਦਾ ਹੋਵੇ ਡਕੈਤੀ ਦਾ ਹੋਵੇ ਰੇਪ ਦਾ ਹੋਵੇ ਮਰਡਰ ਦਾ ਹੋਵੇ ਕੋਈ ਵੀ ਕੇਸ ਹੋਵੇ ਜਦੋਂ ਪੁਲਿਸ ਉਹਦੇ 'ਚ ਜਾਂਚ ਨਹੀਂ ਕਰ ਪਾਉਂਦੀ ਜਦੋਂ ਉਹਨਾਂ ਨੂੰ ਸੁਰਾਗ ਨਹੀਂ ਮਿਲਦੇ ਸ ਕੀਤਾ ਤਾਂ ਉਸ ਤੋਂ ਬਾਅਦ सीबीआई ਤੱਕ ਜਾਂਚ ਪਹੁੰਚਦੀ ਹੈ ਵੀ सीबीआई ਜਾਂਚ ਕਰੂਗੀ ਇਸ ਮਾਮਲੇ ਦੀ ਤੇ ਉਸ ਦੇ ਉੱਪਰ ਕੋਈ ਨਹੀਂ ਆ ਸਕਦਾ ਕਿ सीबीआई ਦੀ ਜਾਂਚ ਜਿਹੜੀ ਆ ਉਹ ਫਾਈਨਲ ਦਿੱਤੀ ਜਾਂਦੀ ਹੈ ਵੀ ਉਹਨਾਂ ਨੇ ਕੀ ਰਿਪੋਰਟ ਪੇਸ਼ ਕੀਤੀ ਕਿਸ ਹਿਸਾਬ ਨਾਲ ਹੋਇਆ ਮਤਲਬ ਇਸ ਮੁੱਦੇ ਦੇ ਉੱਤੇ ਪਰ ਜਦੋਂ ਅਸੀਂ ਬੇਅਦਬੀ ਦੇ ਮਾਮਲੇ ਦੀ ਗੱਲ ਕਰਦੇ ਹਾਂ ਤਾਂ सीबीआई ਦੇ ਉੱਤੇ ਵੀ ਕਈ ਤਰੀਕੇ ਦੇ ਸਵਾਲ ਖੜੇ ਹੁੰਦੇ ਨੇ ਵੀ ਸਾਡੇ ਦੇਸ਼ ਦਾ ਜਿਹੜਾ ਸਿਸਟਮ ਹੈ ਉਹ ਕਿਹੜੇ ਪਾਸੇ ਨੂੰ ਹੈ ਕਿੰਨਾਂ ਦੀ ਹਮਾਇਤ ਕਰਦਾ ਹੈ ਕਿੰਨਾਂ ਦੀ ਹਮਾਇਤ ਨਹੀਂ ਕਰਦਾ ਇੱਥੇ ਕਿੰਨਾਂ ਦੇ ਫੈਸਲੇ ਹੁੰਦੇ ਨੇ ਕਿੰਨਾਂ ਦੇ ਫੈਸਲੇ ਨਹੀਂ ਹੁੰਦੇ ਕਿੰਨਾਂ ਦੀ ਸੁਣੀ ਜਾਂਦੀ ਹੈ ਕਿੰਨਾਂ ਦੀ ਨਹੀਂ ਸੁਣੀ ਜਾਂਦੀ ਕਿਸ ਹਿਸਾਬ ਨਾਲ ਸਰਕਾਰਾਂ ਜਿਹੜੀਆਂ ਨੇ सीबीआई ਨੂੰ ਵੀ ਕੰਟਰੋਲ ਕਰਦੀ ਹੈ ਉਹ ਚੀਜ਼ਾਂ ਜਿਹੜੀਆਂ ਨੇ ਉਹ ਉੱਭਰ ਕੇ ਬਾਹਰ ਆਉਂਦੀਆਂ ਕਿਸੇ ਵੀ ਗੱਲ ਦਾ ਡਿਸੀਜਨ ਹੋਣਾ ਹੈ ਜਾਂ ਕਿਸੇ ਵੀ ਗੱਲ ਦਾ ਕੋਈ ਵੀ ਸਬੂਤ ਮਿਲਣਾ ਹੈ ਉਹ ਸਿਰਫ ਉਦੋਂ ਮਿਲੂਗਾ ਜਦੋਂ ਸਰਕਾਰਾਂ ਚਾਣਗੀਆਂ ਉਦੋਂ ਮਿਲੂਗਾ ਜਦੋਂ ਸਰਕਾਰਾਂ ਦੀ ਉਹਦੇ 'ਚ ਸਹਿਮਤੀ ਹੋਊਗੀ ਬਿਲਕੁਲ ਸਹੀ ਇਹ ਬਿਲਕੁਲ ਠੀਕ ਹੈ ਜਿਹੜੀ ਸੀਬੀਆਈ ਆ ਉਹ ਕਹਿ ਲਓ ਕਿ ਇੱਕ ਸਰਵਉੱਚ ਇਹੋ ਜੀ ਕਮੇਟੀ ਹੈ ਜਿਹਦੇ ਤੇ ਹਰ ਇੱਕ ਨੂੰ ਭਰੋਸਾ ਹੁੰਦਾ ਕੋਈ ਵੀ ਕਹਿੰਦਾ ਕਿ ਭਾਈ ਸਾਡੀ ਜਾਂਚ ਸੀਬੀਆਈ ਤੋਂ ਹੋਣੀ ਚਾਹੀਦੀ ਹੈ ਮਤਲਬ ਨਿਰਪੱਖ ਹੁੰਦੀ ਹੈ ਪਰ ਸਵਾਲ ਵਾਕਈ ਖੜੇ ਹੁੰਦੇ ਆ ਵੀ ਜਦ ਉਦੋਂ ਉਹਨਾਂ ਨੂੰ ਕਲੀਨ ਚੈਟੀ ਕਿਉਂ ਦਿੱਤੀ ਗਈ ਸੀ ਹਾਂ ਜੇ ਕਲੀਨ ਚੈਟ ਦਿੱਤੀ ਗਈ ਹੈ ਤੇ ਜੇ ਹੁਣ ਦੁਬਾਰਾ ਫੇਰ ਉਹਨਾਂ ਦੇ ਵਿੱਚੋਂ ਕੋਈ ਬੰਦਾ ਦੋਸ਼ੀ ਪਾਇਆ ਵੀ ਜਾਂਦਾ ਜੇ ਉਹਨਾਂ ਦੇ ਵਿੱਚੋਂ ਸਾਫਤ ਹੋ ਵੀ ਜਾਂਦਾ ਫਿਰ ਸੀਬੀਆਈ ਤੇ ਭਰੋਸਾ ਕਿਹਨੂੰ ਰਹੂਗਾ ਇਹ ਇਹ ਬਹੁਤ ਵੱਡਾ ਸਵਾਲ ਬਣਦਾ ਪਰ ਨਾਲ ਦੀ ਨਾਲ ਤੁਹਾਨੂੰ ਯਾਦ ਹੋਣਾ ਹੈ ਕਿ ਬਰਗਾੜੀ ਦੇ ਵਿੱਚ 6 ਮਹੀਨੇ ਇਨਸਾਫ ਮੋਰਚਾ ਲੱਗਾ ਰਿਹਾ ਜਥੇਦਾਰ ਧਿਆਨ ਸਿੰਘ ਮੰਡ ਹੋਰਾਂ ਦੀ ਅਗਵਾਈ ਚ ਔਰ ਬਲਜੀਤ ਸਿੰਘ ਦਾਦੂਵਾਲ ਹੋਰਾਂ ਨੇ ਵੱਡਾ ਰੋਲ ਨਿਭਾਇਆ ਸੀ ਇਹਨਾਂ ਦੋਹਾਂ ਨੇ ਧਿਆਨ ਸਿੰਘ ਮੰਡ ਤੇ ਬਲਜੀਤ ਸਿੰਘ ਦਾਦੂਵਾਲ ਨੇ ਬਹੁਤ ਲੰਬਾ ਸਮਾਂ ਉਥੇ ਸੰਘਰਸ਼ ਕੀਤਾ ਸੀ ਪਰ ਜਦੋਂ ਇਹਦਾ ਅੰਤ ਹੁੰਦਾ ਉਦੋਂ ਬਿਨਾਂ ਕਿਸੇ ਸਿੱਟੇ ਤੋਂ ਬਿਨਾਂ ਸਰਕਾਰ ਦੇ ਕਿਸੇ ਵੀ ਐਲਾਨ ਤੋਂ ਬਿਨਾਂ ਹੀ ਉਹ ਜਿਹੜਾ ਮੋਰਚਾ ਖਤਮ ਕਰ ਦਿੱਤਾ ਜਾਂਦਾ ਚੱਕ ਦਿੱਤਾ ਜਾਂਦਾ ਹੁਣ ਇੱਕ ਵਾਰੀ ਫੇਰ ਧਿਆਨ ਸਿੰਘ ਮੰਡ ਹੋਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਆ ਅੱਛਾ ਜੀ ਉਹਦੇ ਵਿੱਚ ਉਹ ਕਹਿੰਦੇ ਜੀ ਅਸੀਂ ਦੁਬਾਰਾ ਫੇਰ ਬਰਗਾੜੀ ਮੋਰਚੇ ਵਰਗਾ ਇੱਕ ਵੱਡਾ ਪ੍ਰਦਰਸ਼ਨ ਕਰਾਂਗੇ ਸਰਕਾਰ ਨੂੰ ਉਹਦੇ ਵਾਸਤੇ ਤਿਆਰ ਰਹਿਣਾ ਚਾਹੀਦਾ ਦੋ ਮਹੀਨੇ ਦਾ ਅਲਟੀਮੇਟਮ ਦਿੱਤਾ ਦੋ ਮਹੀਨੇ ਸਰਕਾਰ ਨੂੰ ਦੇਤੇ ਕਿ ਤੁਸੀਂ ਆ ਦੋ ਮਹੀਨਿਆਂ ਦੇ ਵਿੱਚ ਤਿੰਨ ਮੰਗਾ ਇੱਕ ਤਾਂ ਬਦਵੀ ਮਾਮਲੇ ਦੇ ਜਿਹੜੇ ਦੋਸ਼ੀ ਐ ਉਹਨਾਂ ਨੂੰ ਗ੍ਰਿਫਤਾਰ ਕਰੋ ਅਸਲ ਦੋਸ਼ੀ ਉਹਨਾਂ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾਵਾ ਦਿਓ ਸਜ਼ਾਵਾ ਤੱਕ ਦੀ ਗੱਲ ਉਹਨਾਂ ਨੇ ਕੀਤੀ ਐ ਦੂਜਾ ਕੋਟਕਪੂਰਾ ਬਾਈਬਲ ਕਲਾਂ ਗੋਲੀकांड ਜਿਹੜਾ ਹੋਇਆ ਸੀ ਉਹਨਾਂ ਦੇ ਦੋਸ਼ੀ ਲੱਭੋ ਉਹਨਾਂ ਨੂੰ ਸਜ਼ਾਵਾ ਦਿਓ ਦੂਜਾ ਮਾਮਲਾ ਤੀਜਾ ਇਹ ਆ ਕਿ ਜਿਹੜੇ ਬੰਦੀ ਸਿੰਘ ਨੇ ਲੰਬੇ ਸਮੇਂ ਤੋਂ ਜਿਹੜੇ ਸਜ਼ਾਵਾ ਪੂਰੀਆਂ ਕਰ ਚੁੱਕੇ ਆ ਉਹਨਾਂ ਨੂੰ ਰਿਹਾ ਕਰੋ ਇਹ ਤਿੰਨ ਮੰਗਾਂ ਲੰਬੇ ਸਮੇਂ ਤੋਂ ਰੱਖੀਆਂ ਜਾਂਦੀਆਂ ਇਹਨਾਂ ਤਿੰਨਾਂ ਮੰਗਾਂ ਤੇ ਹੀ ਮੋਰਚਾ ਲੱਗਾ ਸੀ ਔਰ ਇਹ ਤਿੰਨਾਂ ਹੀ ਮੰਗਾਂ ਪੂਰੀਆਂ ਨਹੀਂ ਹੋਈਆਂ ਸੀ ਮੋਰਚਾ ਖਤਮ ਹੋ ਗਿਆ ਸੀ ਦੁਬਾਰਾ ਐਲਾਨ ਹੋ ਗਿਆ 2 ਮਹੀਨੇ ਦਾ ਸਮਾਂ ਦਿੱਤਾ ਸਰਕਾਰ ਨੂੰ ਕਿ ਭਾਈ ਇਹ ਜਿਹੜੀਆਂ ਮੰਗਾਂ ਕੰਪਲੀਟ ਕਰ ਦਿਓ ਨਹੀਂ ਤਾਂ ਆਉਣ ਵਾਲੇ 2 ਮਹੀਨਿਆਂ ਚ ਜਾਨੀ ਅਗਸਤ ਤੇ ਸਤੰਬਰ ਦੇ ਮਹੀਨੇ ਚ 7 ਸਤੰਬਰ ਤੋਂ ਬਾਅਦ ਕੋਈ ਵੱਡਾ ਐਲਾਨ ਕਰ ਦਿੱਤਾ ਜਾਊਗਾ ਉਸੇ ਹੀ ਕਮੇਟੀ ਤੋਂ ਧਿਆਨ ਸਿੰਘ ਮੰਡ ਹੋਰਾਂ ਦੀ ਗਵਾਈ ਵਾਲੀ ਕਮੇਟੀ ਹੈ ਜਿਹੜੀ ਮੋਰਚ ਇਨਸਾਫ ਮੋਰਚੇ ਦੀ ਕਮੇਟੀ ਹੈ ਇਹੋ ਜਾਂ ਕਹਿੰਦੇ ਐਲਾਨ ਕਰ ਦੇਣਾ ਅਸੀਂ ਕਿ ਸਰਕਾਰ ਨੇ ਕਦੇ ਸੋਚਿਆ ਨਹੀਂ ਹੋਣਾ ਕਿ ਅਸੀਂ ਇਉਂ ਵੀ ਕਰ ਸਕਦੇ ਹਾਂ ਉਹਨਾਂ ਨੇ ਸਿੱਧੇ ਤੌਰ ਤੇ ਕਹਿਤਾ ਕਿ ਭਾਈ ਜੇ ਅਸੀਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਪਾਰਟੀ ਸ਼ਰੋਮਣੀ ਅਕਾਲੀ ਦਲ ਨੂੰ ਮਜ਼ਾ ਚਖਾ ਸਕਦੇ ਆ ਜੇ ਅਸੀਂ ਉਹਨਾਂ ਦੇ ਵੱਡੇ ਮਹਿਲ ਦੀਆਂ ਨੀਆਂ ਹਲਾ ਸਕਦੇ ਹਾਂ ਉਹਨਾਂ ਨੂੰ ਘਰੇ ਬਿਠਾ ਸਕਦੇ ਆ ਸੱਤਾ ਤੋਂ ਲਾ ਕੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਸੱਤਾ ਤੋਂ ਲਾਉਣਾ ਸਾਡੇ ਵਾਸਤੇ ਕੋਈ ਵੱਡੀ ਗੱਲ ਨਹੀਂ ਹੈਗੀ ਤਿਆਰ ਹੋ ਜੋ ਅਸੀਂ ਇੱਕ ਵਾਰੀ ਫੇਰ ਇੱਕ ਮੁੱਠ ਹੋਣਾ ਹੈ ਅਸੀਂ ਦੁਬਾਰਾ ਫੇਰ ਸੰਘਰਸ਼ ਕਰਨਾ ਹੈ ਤਿਆਰ ਹੋ ਜੋ ਇੱਕ ਪਾਸੇ ਤੁਹਾਡੀ ਜਾਂਚ ਇੱਕ ਪਾਸੇ ਸਾਡਾ ਸੰਘਰਸ਼ ਹੁਣ ਦੇਖਣਾ ਹੈ ਵੀ ਲੜਾਈ ਕਿੱਥੋਂ ਤੱਕ ਜਾਂਦੀ ਹੈ ਬਿਲਕੁਲ ਠੀਕ ਹੈ ਇਲਾਨ ਹੋ ਗਿਆ ਇਹ ਮੋਰਚਾ ਦੁਬਾਰਾ ਸ਼ੁਰੂ ਹੋ ਵੀ ਜਾਊਗਾ ਚਾਹੇ ਉਹ ਬੈਠ ਕੇ ਸ਼ਾਂਤਮਈ ਤਰੀਕੇ ਦਾ ਹੋਵੇ ਜਾਂ ਫਿਰ ਇਹਦੀ ਰੂਪਰੇਖਾ ਕੁਝ ਹੋਰ ਹੋਵੇ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਇਨਸਾਫ ਜਿਹੜਾ ਇਹਦਾ ਮਿਲ ਜਾਣਾ ਉਮੀਦ ਕਰਨੀ ਬਣਦੀ ਵੀ ਹੈ ਪਰ ਉਹ ਗੱਲ ਨਾ ਹੋਵੇ ਜਿਹੜੀ ਆਪਾਂ ਪਹਿਲਾਂ ਸਾਂਝੀ ਕੀਤੀ ਹੈ ਕਿ ਸਰਕਾਰ ਸਿਰਫ ਫਾਰਮੈਲਟੀਆਂ 'ਚ ਨਾ ਪਵੇ ਨਾਲ ਦੀ ਨਾਲ ਧਿਆਨ ਸਿੰਘ ਮੰਡ ਹੋਰਾਂ ਤੇ ਵੀ ਉਸ ਵੇਲੇ ਇਹੋ ਹੀ ਇਲਜ਼ਾਮ ਲੱਗੇ ਸੀ ਕਿ ਧਿਆਨ ਸਿੰਘ ਮੰਡ ਹੋਰੀ ਸਰਕਾਰ ਦੇ ਕਹਿ ਲਓ ਕਿ ਕਹਨੇ ਦੇ ਵਿੱਚ ਆ ਗਏ ਉਹਨਾਂ ਨੇ ਬਿਨਾਂ ਕਿਸੇ ਐਲਾਨ ਤੋਂ ਕੈਪਟਨ ਅਮਰਿੰਦਰ ਸਿੰਘ ਦੀ ਕਿਸੇ ਥਾਪੀ ਦਿੱਤੇ ਕਰਕੇ ਉਹਨਾਂ ਨੇ ਮੋਰਚਾ ਚੱਕ ਲਿਆ ਕਿਤੇ ਸੱਚੀ ਹੋ ਨਾ ਹੋਵੇ ਇੱਕ ਪਾਸੇ ਜਾਂਚ ਵੀ ਸਰਕਾਰ ਦੀ ਚੱਲੀ ਜਾਂਦੀ ਹੈ ਦੂਜੇ ਪਾਸੇ ਧਿਆਨ ਸਿੰਘ ਮੰਡ ਹੋਰਾਂ ਨੇ ਵੀ ਐਲਾਨ ਕਰਤਾ ਕਿਤੇ ਵਾਕਈ ਸਿੱਖ ਜਿਹੜੀ ਸੰਗਤ ਹੈਗੀ ਉਹਨਾਂ ਨੂੰ ਕਿਸੇ ਤਰੀਕੇ ਮੂਰਖਣਾ ਬਣਾਇਆ ਜਾਂਦਾ ਹੋਵੇ ਇਸ ਗੱਲ ਦਾ ਜ਼ਰੂਰ ਧਿਆਨ ਰੱਖਣਾ ਬਣਦਾ ਪਰ ਜੇ ਵਾਕਈ ਜੇ ਜਾਂਚ ਸਿੱਧੇ ਪਾਸੇ ਜਾਂਦੀ ਹੈ ਤਾਂ ਇਨਸਾਫ ਮਿਲਣਾ ਲਾਜ਼ਮੀ ਵੀ ਹੈ ਬਿਲਕੁਲ ਇਸ ਤੋਂ ਪਹਿਲਾਂ ਵੀ ਕਿਉਂਕਿ ਮਜ਼ਾਕ ਜ਼ਰੂਰ ਬਣਾਇਆ ਗਿਆ ਸੀਗਾ ਜਾਂਚ ਦਾ ਕਿਉਂਕਿ ਕਦੇ सीबीआई ਦੇ ਕੋਲ ਚਲੀ ਜਾਂਦੀ ਸੀ ਜਾਂਚ ਕਦੇ ਪੰਜਾਬ ਸਰਕਾਰ ਦੇ ਕੋਲ ਚਲੀ ਜਾਂਦੀ ਸੀ ਜਾਂਚ ਹੁਣ ਉਮੀਦ ਕੀਤੀ ਜਾ ਰਹੀ ਹੈ ਵੀ ਇਸ ਵਾਰ ਜ਼ਰੂਰ ਜਿਹੜਾ ਇਨਸਾਫ ਹੈ ਉਹ ਮਿਲ ਪਾਊਗਾ ਪੰਜਾਬ ਨੂੰ ਦੇਖਦੇ ਹਾਂ ਕਿ ਆਉਣ ਵਾਲਾ ਵਕਤ ਹੁਣ ਕੀ ਸਾਨੂੰ ਦਿਖਾਉਂਦਾ ਹੈ ਕੀ ਸਾਨੂੰ ਦੱਸਦਾ ਕਿ ਕਿਸ ਰੀਤੇ ਨਾਲ ਇਨਸਾਫ ਹੁੰਦਾ ਹੈ ਜਾਂ ਫਿਰ ਪੰਜਾਬ ਵਾਸੀਆਂ ਦਾ ਮੂਰਖੀ ਬਣਾਇਆ ਜਾਂਦਾ ਹੈ ਮੁੱਦੇ ਮਸਲੇ ਹੋਰ ਵੀ ਬਹੁਤ ਸਾਰੇ ਨਿਗਾਉਣਾ ਤੇ ਵੀ ਮਾਰ ਨਹੀਂ ਸੀ ਪਰ ਵੇੜਾ ਜਿਹੜਾ ਹੈ ਉਹ ਇਜਾਜ਼ਤ ਨਹੀਂ ਦੇ ਰਿਹਾ ਅਗਲੀ ਵਾਰ ਫਿਰ ਹਾਜ਼ਰ ਹੋ ਜਾਵਾਂਗੇ ਉਲਟਪੁਲ ਮੁੱਦਿਆਂ ਦੇ ਨਾਲ ਉਲਟਪੁਲ ਨਿਗਾ ਦੇ ਨਾਲ ਤਦ ਤੱਕ ਲਈ ਸਾਨੂੰ ਦੇ ਇਜਾਜ਼ਤ ਤੇ ਦੇਖਦੇ ਰਹੋ ਵਿਜ਼ਨ ਪੰਜਾਬ ਟੀਵੀ ਹਰ ਕਦਮ ਤੁਹਾਡੇ ਨਾਲ